ਆਪਲੇ ਹੋ ਤੁਮ ਕਥਾ ਸੁਧਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਰ ਬੰਧਨ ਕੋ ਸਜਸ ਅਚਾਰਤ ਗਏ ਗੁਰੂ ਮਹਿਮਾ ਉਰਤਾਰਤ ਕਰ ਸਤ ਚੜੇਤ ਰੰਗਮ ਚਲੇ ਸਪਟ ਸੰਗ ਗਮਨੇ ਸਭ ਮਿਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਮ ਸਨਮਾਨ ਜੋ ਗੁਰੂ ਰੂਪ ਸਾਧ ਸੰਗਤ ਜੀ ਸਤਿਗੁਰਾਂ ਦੀ ਪਾਵਨ ਹਜ਼ੂਰੀ 'ਚ ਸੰਧਿਆ ਦੇ ਦੀਵਾਨ ਸਜੇ ਹਨ ਆਪ ਜੀ ਨੇ ਅੰਮ੍ਰਿਤਮਈ ਗੁਰਬਾਣੀ ਦੇ ਰਤਨੇ ਆਰਤੀ-ਆਰਤੇ ਦੇ ਕੀਰਤਨ ਸਰਵਣ ਕੀਤੇ ਹਨ ਆਓ ਹੁਣ ਆਪਣੀਆਂ ਮਨਵਿਰਤੀਆਂ ਨੂੰ 6ਵੇਂ ਪਾਤਸ਼ਾਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਜੋੜ ਲਈਏ ਕੱਲ ਆਪਾਂ ਸ਼ਾਮ ਦੀ ਕਥਾ ਵਿੱਚ ਸਰਵਣ ਕੀਤਾ ਸੀ ਕਿ ਸਤਿਗੁਰੂ ਜੀ ਮਾਰਾ ਸੱਚੇ ਪਾਤਸ਼ਾਹ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਵੱਡੇ ਸਹਬਜ਼ਾਦੇ ਬਾਬਾ ਗੁਰਦਤਾ ਜੀ ਸ਼ਿਕਾਰ ਖੇਡਣ ਗਏ ਸਨ ਤੇ ਕਿਸੇ ਸਿੱਖ ਕੋਲੋਂ ਪੁਲੇਖੇ ਨਾਲ ਬਾਰਾ ਸਿੰਘਾ ਸਮਝ ਕੇ ਗੋਲੀ ਚੱਲੀ ਪਰ ਮਰ ਗਈ ਗਊ ਤੇ ਜਿਹੜੇ ਗਊ ਦੇ ਰਖਵਾਲੇ ਸਨ ਗੁਜਰ ਉਹਨਾਂ ਨੇ ਰੌਲਾ ਪਾ ਲਿਆ ਵੀ ਗੁਰੂ ਕੇ ਸਿੱਖ ਹੋ ਕੇ ਤੁਸੀਂ ਗਊਆਂ ਮਾਰਦੇ ਹੋ ਗਊ ਹੱਤਿਆ ਕਰ ਦਿੱਤੀ ਹੈ ਸਾਡੇ ਧਰਮ ਦਾ ਸਵਾਲ ਹੈ ਇਦਾਂ ਦੀਆਂ ਗੱਲਾਂ ਕਰਨ ਲੱਗ ਪਏ ਅਸੀਂ ਰਾਜੇ ਕੋਲ ਜਾਵਾਂਗੇ ਬਾਦਸ਼ਾਹ ਨੂੰ ਸਰਕਾਰ ਨੂੰ ਫਰਿਆਦ ਕਰਾਂਗੇ ਤੁਹਾਨੂੰ ਜਾਦਾ ਇਸ ਗਉ ਨੂੰ ਜਿੰਦਾ ਕਰੋ ਤੇ ਜਾਂ ਫਿਰ ਅਸੀਂ ਇਹਦਾ ਇਹ ਬਜਾਨਾ ਭਰਾਂਗੇ ਬਹੁਤ ਦੂਰ ਤੱਕ ਜਾਵਾਂਗੇ ਇਸ ਤਰ੍ਹਾਂ ਦੇ ਬਚਨ ਸੁਣ ਕੇ ਬਾਬਾ ਜੀ ਬਾਬਾ ਗੁਰਦਤਾ ਜੀ ਬੜੇ ਗੰਭੀਰ ਹੋ ਗਏ ਸਿੱਖਾਂ ਨੇ ਬੇਨਤੀ ਕੀਤੀ ਬਾਬਾ ਜੀ ਜੇ ਆਪ ਜੀ ਗਊ ਜਵਾਦਿਓਗੇ ਇੱਕ ਤਾਂ ਇਹ ਝਗੜਾ ਮਿਟੇਗਾ ਦੂਸਰਾ ਗੁਰੂ ਕੇ ਸਿੱਖਾਂ ਦੇ ਮਨਾਂ ਵਿੱਚੋਂ ਗਊ ਹੱਤਿਆ ਦਾ ਜੋ ਪਹਾੜ ਹੈ ਵੀ ਸਾਡੇ ਕੋਲੋਂ ਗਊ ਮਾਰੀ ਗਈ ਪਾਪ ਹੋ ਗਿਆ ਇਹ ਬੋਝ ਵੀ ਮਨ ਤੋਂ ਉੱਤਰ ਜਾਏਗਾ ਆਪ ਜੀ ਸਮਰੱਥ ਹੋ ਸਭ ਕੁਝ ਕਰ ਸਕਦੇ ਹੋ ਬਾਬਾ ਜੀ ਨੇ ਵਿਚਾਰ ਕੀਤੀ ਵੀ ਜੇ ਗਊ ਜਿੰਦਾ ਕਰਦੇ ਆਂ ਤੇ ਪਿਤਾ ਜੀ ਨਰਾਜ਼ ਹੋਣਗੇ ਕਿਉਂਕਿ ਸਤਗੁਰੂ ਮਹਾਰਾਜ ਦੇ ਘਰ ਦੀ ਮਰਜ਼ਾਦਾ ਹੈ ਬਾਣੇ ਵਿੱਚ ਰਹਿਣਾ ਹੁਕਮੇ ਜੰਮਣ ਹੁਕਮੇ ਮਰਣਾ ਵਾਹਿਗੁਰੂ ਦੇ ਬਾਣੇ ਵਿੱਚ ਜੀਵ ਜੰਮਿਆ ਬਾਣੇ ਵਿੱਚ ਹੀ ਮਰਿਆ ਨਾ ਕੋਈ ਮਾਰ ਸਕਦਾ ਪ੍ਰਭੂ ਦੇ ਹੁਕਮ ਤੋਂ ਬਿਨਾਂ ਨਾ ਕੋਈ ਜੀਵ ਆ ਸਕਦਾ ਹਰ ਬਿਨ ਕੋਈ ਮਾਰ ਜੀਵਾਲ ਨਾ ਸਕੈ ਮਨ ਹੋਏ ਨਿਚਿੰਦ ਨਿਸਰ ਹੋਏ ਰਹੀ ਹੈ ਪਰ ਦੂਜਾ ਸਵਾਲ ਇਹ ਹੈ ਵੀ ਗੁਰੂ ਕੇ ਸਿੱਖਾਂ ਦੀ ਗੁਰੂ ਘਰ ਦੀ ਬਦਨਾਮੀ ਬਹੁਤ ਕਰਨੀ ਨਾ ਲੋਕਾਂ ਨੇ ਕਿਉਂਕਿ ਇਹ ਜਿੰਨਾ ਵੀ ਇਲਾਕਾ ਗੁਜਰਾ ਦਾ ਸੀ ਸ੍ਰੀ ਅਨੰਦਪੁਰ ਸਾਹਿਬ ਕੀਰਤਪੁਰ ਸਾਹਿਬ ਨਾਣਾ ਦੇਵੀ ਨਾਲ ਅਗੜ ਉੱਪਰ ਪਹਾੜ ਦਾ ਇਲਾਕਾ ਰੋਪੜ ਤੱਕ ਗੁਜਰ ਬੈਠੇ ਹੋਏ ਸਨ ਬਹੁਤ ਰੰਗੜ ਤੇ ਗੁਜਰਾ ਇਹਨਾਂ ਨਾਲ ਹੀ 10ਵੇਂ ਪਾਤਸ਼ਾਹ ਜੀ ਮਹਾਰਾਜ ਦੇ ਫਿਰ ਜੰਗ ਵੀ ਹੋਏ ਹਨ ਸੋ ਸਾਧ ਸੰਗਤ ਜੀ ਬਾਬਾ ਜੀ ਨੇ ਕਈ ਵਿਚਾਰਾਂ ਕੀਤੀਆਂ ਸਿੱਖਾਂ ਦੀ ਬੇਨਤੀ ਮੰਨ ਕੇ ਗਊ ਨੂੰ ਸਰਜੀਤ ਕਰ ਦਿੱਤਾ ਗਉਜਿੰਦਾ ਹੁਣ ਤੇ ਸਾਰੇ ਪਾਸੇ ਬਾਬਾ ਜੀ ਦੇ ਨਾਮ ਦੇ ਜੈਕਾਰੇ ਬੋਲਣ ਲੱਗੇ ਪਰ ਬਾਬਾ ਜੀ ਜਾਣਦੇ ਸਨ ਵੀ ਇਹਦਾ ਮੈਨੂੰ ਕੀ ਮੁੱਲ ਚੁਕਾਉਣਾ ਪਵੇਗਾ ਤਨ ਬਾਬਾ ਗੁਰਦਿੱਤਾ ਸਾਹਿਬ ਜੀ ਵਾਪਸ ਸ੍ਰੀ ਕੀਰਤਪੁਰ ਸਾਹਿਬ ਕਿਵੇਂ ਆ ਰਹੇ ਨੇ ਸਤਿਗੁਰੂ ਸਤਿਮਹਾਰਾਜ ਛੇਵੇਂ ਪਾਤਸ਼ਾਹ ਮੀਰੀ ਪਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਿਸ ਤਰ੍ਹਾਂ ਮਿਲੇ ਹਨ ਤੇ ਸਤਿਗੁਰਾਂ ਨੇ ਕੀ ਪ੍ਰਤੀਕਰਮ ਕੀਤਾ ਹੈ ਸਰਵਣ ਕਰੀਏ ਮਨ ਬਿਰਤੀਆਂ ਗੁਰੂ ਚਰਣਾ ਜੀ ਕਾਕਰ ਕਰਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਰ ਬੰਧਨ ਕੋ ਸਜਸ ਉਚਾਰਤ ਸਤਗੁਰੂ ਜੀ ਨੂੰ ਨਮਸਕਾਰ ਕੀਤੀ ਮੱਥਾ ਟੇਕਿਆ ਤੇ ਸਾਰੇ ਜਸ ਕਰਦੇ ਹਨ ਬਾਬਾ ਗੁਰਦੇਤਾ ਜੀ ਦਾ ਗਏ ਗੁਰੂ ਮਹਿਮਾ ਉਰਤਾਰਤ ਗੁਰੂ ਕੇ ਸਿੱਖ ਵੀ ਸਾਰੇ ਬੜੇ ਪ੍ਰਸਾਨ ਹੋ ਗਏ ਮੇ ਧੰਨ ਗੁਰੂ ਹੈ ਦੇ ਧੰਨ ਗੁਰੂ ਦੇ ਸਿੱਖ ਹਨ ਸਤਿਗੁਰੂ ਮੇਰਾ ਮਾਰ ਜਿਵਾਲੈ ਸਤਿਗੁਰੂ ਮਰਿਆ ਨੂੰ ਜਿਵਾ ਸਕਦਾ ਸਤਿਗੁਰੂ ਦੇ ਪੁੱਤਰਾਂ ਵਿੱਚ ਵੀ ਇਹ ਸ਼ਕਤੀ ਹੈ ਗੁਰੂ ਘਰ ਪ੍ਰਤੀ ਨਿਸ਼ਚਾ ਵਿਸ਼ਵਾਸ ਹੋਰ ਵੱਧ ਗਿਆ ਕਿਉਂਕਿ ਸਾਸ ਸੰਗਤ ਜੀ ਇੱਕ ਬ੍ਰਹਮ ਗਿਆਨੀ ਨੂੰ ਛੱਡ ਕੇ ਬਾਕੀ ਸਾਰੀ ਸ੍ਰਿਸ਼ਟੀ ਭਰਮ ਦੇ ਵਿੱਚ ਹੀ ਚੱਲਦੀ ਹੈ ਤੇ ਭਰਮ ਜਿਹੜਾ ਹੈ ਉਹ ਉਹਦੋਂ ਨਿਕਲਦਾ ਹੈ ਜਦੋਂ ਗੁਰੂ ਦੀ ਪਰਮੇਸ਼ਰ ਦੀ ਕੋਈ ਕਲਾ ਸਾਨੂੰ ਨਜ਼ਰ ਆਵੇ ਜਿੰਨਾ ਚਿਰ ਕੋਈ ਝਲਕ ਨਹੀਂ ਪੈਂਦੀ ਪਰਮਾਤਮਾ ਦੀ ਹੋਂਦ ਉੱਤੇ ਵੀ ਵਿਸ਼ਵਾਸ ਨਹੀਂ ਬਣਦਾ ਕਰਾਮਾਤ ਕਹਿਰ ਹੈ ਜੇ ਕੋਈ ਆਪਣੀ ਵਡਿਆਈ ਲਈ ਦਿਖਾਉਂਦਾ ਹੈ ਪਰ ਜੇ ਦੇਖਿਆ ਜਾਵੇ ਜਦੋਂ ਰੱਬ ਦੇ ਪਿਆਰੇ ਸੰਤ ਭਗਤ ਮਹਾਪੁਰਸ਼ ਕੋਈ ਕੌਤਕ ਕਰਦੇ ਹਨ ਤਾਂ ਉਹਨਾਂ ਦੇ ਕੌਤਕ ਨੂੰ ਵੇਖ ਕੇ ਸਿੱਖਾਂ ਦਾ ਵਿਸ਼ਵਾਸ ਹੋਰ ਪੱਕਾ ਹੋ ਜਾਂਦਾ ਹੈ ਸ਼ਰਧਾ ਹੀ ਗਿਆਨ ਦੀ ਪੌੜੀ ਹੈ ਸ਼ਰਧਾ ਵਾਨਮ ਲਬਤੇ ਗਿਆਨ ਜਿਹਦੇ ਮਨ ਚ ਸ਼ਰਧਾ ਨਹੀਂ ਆਉਂਦੀ ਪਈ ਵਿਸ਼ਵਾਸ ਹੀ ਨਹੀਂ ਆਉਂਦਾ ਜਿਹਦਾ ਮਨ ਹੀ ਨਹੀਂ ਮੰਨਦਾ ਉਹ ਬ੍ਰਹਮ ਗਿਆਨ ਤੱਕ ਤਾਂ ਕੀ ਪਹੁੰਚੇਗਾ ਉਹ ਤਾਂ ਭਗਤੀ ਤੱਕ ਵੀ ਨਹੀਂ ਪਹੁੰਚਦਾ ਉਹਦਾ ਸਾਥ ਸੰਗਤ ਜੀ ਕਰਮ ਵੀ ਨਹੀਂ ਕੁਝ ਵੀ ਨਹੀਂ ਉਹਦੇ ਪੱਲੇ ਕੋਈ ਵੀ ਕੰਮ ਹੈ ਸ਼ਰਧਾ ਤੋਂ ਹੀ ਸ਼ੁਰੂ ਹੁੰਦਾ ਹੈ ਤੇ ਸ਼ਰਧਾ ਨੂੰ ਹੀ ਬ੍ਰਹਮ ਗਿਆਨ ਰੂਪੀ ਫਲ ਲੱਗਦੇ ਹਨ ਸੋ ਜਿਹੜੇ ਗੁਰੂ ਕੇ ਸਿੱਖ ਉਹਨਾਂ ਦੀ ਸ਼ਰਧਾ ਹੋਰ ਪੱਕੀ ਹੋ ਗਈ ਹੈ। ਗਰਸਤ ਚੜੇ ਤਰੰਗ ਮਚ ਲੈ। ਬਾਬਾ ਜੀ ਬਾਬਾ ਗੁਰਦਤਾ ਜੀ ਸਤਗੁਰਾਂ ਦੇ ਸਹਬਜਾਦੇ ਛੇਵੇਂ ਪਾਤਸ਼ਾਹੀ ਮਹਾਰਾਜ ਦੇ ਘੋੜੇ ਤੇ ਚੜੇ ਹਨ ਤੇ ਸ੍ਰੀ ਕੀਰਤਪੁਰ ਸਾਹਿਬ ਵੱਲ ਆ ਰਹੇ ਹਨ। ਸਪਟ ਸੰਗ ਗਮਨੇ ਸਭ ਮਿਲੇ। ਨਾਲ ਬਹੁਤ ਸਾਰੀ ਸੂਰਬੀਰ ਯੋਧਿਆਂ ਦੀ ਫੌਜ ਹੈ। ਗੁਰੂ ਕੇ ਸਿੱਖ ਯੋਧੇ ਜਿਹੜੇ ਸ਼ਿਕਾਰ ਖੇਡਣ ਜਾਂਦੇ ਸਨ ਬਾਬਾ ਜੀ ਦੇ ਨਾਲ ਸਾਰੇ ਹੀ ਵਾਪਸ ਆ ਰਹੇ ਨੇ ਪ੍ਰਸਮਤ ਮਤ ਕੀਰਤ ਪਰ ਆਏ ਜਿਹੜੇ ਆਉਣਾ ਸੀ ਵਾਪਸ ਸਾਧ ਸੰਗਤ ਅੱਜ ਕੱਲ ਉਸ ਜਗ੍ਹਾ ਦੇ ਜਿੱਥੇ ਬਾਬਾ ਜੀ ਨੇ ਗਊ ਜਿੰਦਾ ਕੀਤੀ ਨਾ ਪਿੰਡ ਵਸਿਆ ਹੋਇਆ ਹੈ ਉਹ ਪਿੰਡ ਦਾ ਨਾਮ ਹੀ ਜਿੰਦਵੜੀ ਹੈ ਜਿਹੜੇ ਲੋਕ ਅੱਜ ਕੱਲ ਸ਼ੰਕਾਵਾਦੀ ਨਾ ਆ ਕਈ ਸਾਡੇ ਵਿੱਚ ਇਹੋ ਜਿਹੇ ਪੈਦਾ ਹੋ ਗਏ ਉਹ ਕਹਿੰਦੇ ਇਹ ਤਾਂ ਭਾਈ ਸੰਤੋਖ ਸਿੰਘ ਹੋਰਾਂ ਨੇ ਐਵੇਂ ਹੀ ਸਾਖੀਆਂ ਲਿਖਤੀਆਂ ਕਹਿੰਦੇ ਐਵੇਂ ਹੀ ਕਥਾ ਲਿਖਤੀ ਉਹ ਇਤਿਹਾਸ ਨੂੰ ਹੀ ਨਹੀਂ ਮੰਨਦੇ ਪਰ ਉਹਨਾਂ ਨੂੰ ਪੁੱਛੋ ਵੀ ਭਾਈ ਸੰਤੋਖ ਸਿੰਘ ਨੇ ਜਿੰਦ ਬੜੀ ਪਿੰਡ ਤਾਂ ਨਹੀਂ ਬਣਾਇਆ ਜਾ ਕੇ ਪਿੰਡ ਤਾਂ ਉਸ ਇਲਾਕੇ ਦੇ ਲੋਕਾਂ ਨੇ ਬੰਨੇ ਆ ਨਾ ਉਸ ਦਾ ਨਾਂ ਰੱਖਿਆ ਹੋਇਆ ਅਕਸਰ ਨੂੰ ਉਹ ਲੋਕ ਗੁੱਜਰ ਲੋਕ ਨੇ ਜਿਹੜੇ ਗੁਰੂ ਘਰ ਦੇ ਵਿਰੋਧੀ ਸੀਗੇ ਉਹ ਗੁਰੂ ਘਰ ਨੂੰ ਚੰਗਾ ਨਹੀਂ ਸੀ ਸਮਝਦੇ ਉਹ ਦੇਵੀ ਨੂੰ ਮੰਨਦੇ ਸੀ ਜਾਂ ਹੋਰ ਕੋਈ ਭੂਤਾਂ ਪ੍ਰੇਤਾਂ ਨੂੰ ਮੰਨਦੇ ਸੀ ਕੋਈ ਪੈਰਾਂ ਨੂੰ ਮੰਨਦੇ ਸੀ ਗੁਰੂ ਨੂੰ ਨਹੀਂ ਸੀ ਮੰਨਦੇ ਉਹ ਜਦੋਂ ਗਉ ਜਿੰਦਾ ਕੀਤੀ ਬਾਬਾ ਗੁਰਦਿੱਤਾ ਜੀ ਨੇ ਉਹ ਗੁਰੂ ਘਰ ਨੂੰ ਮੰਨਣ ਲੱਗ ਪਏ। ਉਹਨਾਂ ਨੇ ਉਸ ਜਗ੍ਹਾ ਦਾ ਨਾਮ ਉਸ ਪਿੰਡ ਦਾ ਨਾਮ ਜਿੰਦਬੜੀ ਰੱਖਿਆ। ਸਿੱਖਾਂ ਨੇ ਵੀ ਨਹੀਂ ਰੱਖਿਆ। ਉਹਨਾਂ ਗੁਜਰਾ ਨੇ ਰੱਖਿਆ ਹੈ। ਗੁਰਦੁਆਰਾ ਤਾਂ ਹੁਣ ਬਣਿਆ। ਪਹਿਲਾਂ ਤਾਂ ਚਲੋ ਨਗਰ ਦਾ ਨਾਮ ਰੱਖਿਆ ਵੀ ਇੱਥੇ ਬਾਬਾ ਜੀ ਨੇ ਬਾਬਾ ਗੁਰਦਿੱਤਾ ਜੀ ਨੇ ਜਿੰਦਬੜੀ ਗਾਂ ਦੇ ਵਿੱਚ ਜਿੰਦ ਪਾਈ ਹੈ ਮਰੀ ਹੋਈ ਗਾਂ ਦੇ ਵਿੱਚ। ਸੋ ਸਾਧ ਸੰਗਤ ਜੀ ਐਵੇਂ ਕਿਸੇ ਦੇ ਆਖੇ ਲਾ ਕੇ ਨਾਸਤਿਕ ਨਾ ਬਣਿਆ ਕਰੋ। ਜਾ ਕੇ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰੋ। ਉਹ ਪੰਥ ਖਾਲਸਾ ਦਾ ਬਹੁਤ ਵੱਡਾ ਵਿਸ਼ਾਲ ਦਾਇਰਾ ਹੈ ਅਸੀਂ ਤੇ ਖੂਦ ਦੇ ਡੱਡੂ ਬਣੇ ਹੋਏ ਹਾਂ ਜਿਵੇਂ ਖੂਦ ਦੇ ਵਿੱਚ ਡੱਡੂ ਸੀ ਬਾਹਰੋਂ ਸਮੁੰਦਰ ਦਾ ਡੱਡੂ ਆਇਆ ਕਿਤੇ ਤੇ ਉਹ ਆਪਸ ਵਿੱਚ ਰਾਮ ਰਾਮ ਹੋਈ ਕਿ ਭਾਈ ਸਾਹਿਬ ਕਿੱਥੋਂ ਆਏ ਹੋ ਕਹਿੰਦੇ ਸਮੁੰਦਰ ਤੋਂ ਉਹ ਕਹਿੰਦੇ ਤੁਹਾਡਾ ਸਮੁੰਦਰ ਕਿੱਡਾ ਕ ਵੱਡਾ ਉਹਨੇ ਕਿਹਾ ਬਹੁਤ ਵੱਡਾ ਸਮੁੰਦਰ ਦਾ ਹੁਣ ਕੀ ਦਸੀਏ ਕਿੱਡਾ ਵੱਡਾ ਖੂਹ ਵਾਲੇ ਨੇ ਟ ਪੁੱਛੀ ਮਾਰੀ ਕਹਿੰਦੇ ਐਡਾ ਵੱਡਾ ਹੈ ਸ਼ਮੁੰਦਰ ਵਾੜਾ ਹਸਪੇ ਦਾ ਕਹਿੰਦਾ ਨਹੀਂ ਬਹੁਤ ਵੱਡਾ ਉਹਨੇ ਦੂਜੀ ਤਪੂਸ਼ੀ ਮਾਰੀ ਕਹਿੰਦਾ ਫਿਰ ਐਡਾ ਹੋਵੇਗਾ ਉਹ ਕਹਿੰਦਾ ਨਹੀਂ ਸ਼ਮੁੰਦਰ ਬਹੁਤ ਵੱਡਾ ਤੀਜੀ ਤਪੂਸ਼ੀ ਮਾਰੀ ਉਹ ਸਾਰਾ ਖੂ ਖੁੰਮ ਗਿਆ ਕਹਿੰਦਾ ਇਸ ਤੋਂ ਵੱਡਾ ਹੋ ਨਹੀਂ ਸਕਦਾ ਸਤਿਗੁਰੂ ਬਾਣੀ ਚ ਲਿਖਦੇ ਨੇ ਖੂਬ ਭਰਿਓ ਜੈਸੇ ਦਾਦਰਾ ਕਛ ਦੇਸ਼ ਵਿਦੇਸ਼ ਨਾ ਸੋਜ ਕਹਿੰਦੇ ਖੂ ਡੱਡੂਆਂ ਨਾਲ ਭਰਿਆ ਹੋਇਆ ਉਹਨਾਂ ਨੂੰ ਬਾਹਰ ਦੀ ਕੋਈ ਖਬਰ ਨਹੀਂ ਕਿੱਥੇ ਕਿਹੜਾ ਮੁਲਕ ਵਸਦਾ ਕਿਹੜੀ ਦੁਨੀਆ ਵਸਦੀ ਹੈ ਅਸੀਂ ਦੋ ਚਾਰ ਖ਼ਬਰਾਂ ਪੜ੍ਹ ਲਈਆਂ ਰਸਾਲੇ ਪੜ੍ਹ ਲਏ ਜਾਂ YouTube ਤੇ ਮਾਜਾ Facebook ਤੇ ਮੜ ਜਾ ਪੜ ਲਿਆ ਤੇ ਫਟਾਫਟ ਤਗੜ ਦਗੜ ਅਸੀਂ ਆਪਣੇ ਇਤਿਹਾਸ ਦੇ ਗ੍ਰੰਥਾਂ ਦੇ ਉੱਤੇ ਕਿੰਤੂ ਪ੍ਰੰਤੂ ਕਰਨ ਲੱਗ ਜਾਨੇ ਆ ਜਾ ਕੇ ਦੇਖੋ ਭਾਈ ਸਾਹਿਬ ਭਾਈ ਸੰਤੋਖ ਸਿੰਘ ਇਤਿਹਾਸ ਲਿਖਿਆ ਸਾਰੀ ਜ਼ਿੰਦਗੀ ਲਾਈ ਪਿੰਡਾਂ ਸ਼ਹਿਰਾਂ ਨਗਰਾਂ ਚ ਪੈਦਲ ਤੁਰ ਕੇ ਗਏ ਹਨ ਬੜਾ ਔਖਾ ਕੰਮ ਹੈ ਖਾਲਸਾ ਜੀ ਗੁਰਦੁਆਰਿਆਂ ਦੇ ਦਰਸ਼ਨ ਅੱਜ ਕੱਲ ਗੱਡੀਆਂ ਕਾਰਾਂ ਸਾਡੇ ਕੋਲ ਮੋਟਰਾਂ ਨੇ ਆਪਾਂ ਕਿੰਨੇ ਕ ਦਰਸ਼ਨ ਕੀਤੇ ਦੱਸੋ ਉਹਨਾਂ ਕੋਲ ਤਾਂ ਕੋਈ ਗੱਡੀ ਨਹੀਂ ਸੀ ਕਾਰ ਨਹੀਂ ਸੀ ਪੈਦਲ ਜਾਂਦੇ ਸੀਗੇ ਤੇ ਉਹ ਗੁਰਦੁਆਰਾ ਵੀ ਉਹਨਾਂ ਨੇ ਜਗਾ ਜਿਹੜੀ ਹੈ ਜਿੰਦਬੜੀ ਅੱਜ ਮੌਜੂਦ ਹੈ ਅਨੰਤਪੁਰ ਸਾਹਿਬ ਦੇ ਇਲਾਕੇ ਵਿੱਚ ਤੁਸੀਂ ਕੀਰਤਪੁਰ ਸਾਹਿਬ ਦੇ ਇਲਾਕੇ ਜਾ ਕੇ ਦੇਖੋ ਉੱਥੇ ਗੁਰਦੁਆਰਾ ਸਾਹਿਬ ਵੀ ਹੈ ਨਗਰ ਵੀ ਹੈ ਜਿੰਦਬੜੀ ਸੋ ਸਾਧ ਸੰਗਤ ਜੀ ਇਸ ਪ੍ਰਕਾਰ ਬਾਬਾ ਜੀ ਬਾਬਾ ਗੁਰਦਿੱਤਾ ਜੀ ਨੇ ਗਊ ਜਿੰਦਾ ਕੀਤੀ ਤੇ ਵਾਪਸ ਆ ਰਹੇ ਨੇ ਸਾਰੇ ਪਾਸੇ ਬਾਬਾ ਜੀ ਦੀ ਜੈ ਜੈਕਾਰ ਹੋ ਰਹੀ ਹੈ ਉਤਰਤ ਰਾਂਗਸਥਾਨ ਲਗਾਏ ਬਾਬਾ ਜੀ ਘਾਲ ਕੀਰਤਪੁਰ ਸਾਹਿਬ ਆ ਕੇ ਘੋੜੇ ਤੋਂ ਉਤਰੇ ਤੇ ਘੋੜੇ ਆਪੋ ਆਪਣੀ ਥਾਂ ਤੇ ਬੰਨ੍ਹ ਦਿੱਤੇ ਦਿਨ ਮੈਂ ਧਿਆਨ ਭਾਇਓ ਤਹ ਕਾਲਾ ਉਸ ਵੇਲੇ ਦੁਪਹਿਰ ਦਾ ਟਾਈਮ ਹੋ ਗਿਆ ਯਾਨੀ ਕਿ ਜਦੋਂ ਸਵੇਰੇ ਸਵੇਰੇ ਦਿਨ ਚੜ੍ਹੇ ਤੋਂ ਪਹਿਲਾਂ ਹੀ ਬਾਬਾ ਜੀ ਸ਼ਿਕਾਰ ਖੇਡਣ ਗਏ ਸਨ ਤੇ ਸ਼ਿਕਾਰ ਖੇਡ ਕੇ ਵਾਪਸ ਆਉਂਦਿਆਂ ਨੂੰ ਸਿਖਰ ਦੁਪਹਿਰਾ ਹੋ ਗਿਆ ਬਹੁਤ ਜ਼ਿਆਦਾ ਕੋਚਨ ਕਰਮਨ ਪਾਏ ਵਿਸਾਲਾ ਥਾਲ ਲੰਗਰ ਤਿਆਰ ਸੀਗਾ ਤੇ ਬਾਬਾ ਗੁਰਦਿੱਤਾ ਜੀ ਨੇ ਪ੍ਰਸ਼ਾਦਾ ਛਕਿਆ ਹੈ ਟਿਕਿਆ ਸਥਾਨ ਆਪਨ ਸਭ ਜਾਈ ਤੇ ਆਪਣੇ ਸਥਾਨ ਦੇ ਉੱਤੇ ਜਾ ਕੇ ਟਿਕ ਗਏ ਹਨ ਸਤਗੁਰ ਸੰਨਿਆ ਅਸਨ ਅਬ ਖਾਈ ਤੇ ਮਹਾਰਾਜ ਸਾਹਿਬ ਜੀ ਵੀ ਪ੍ਰਸ਼ਾਦਾ ਛਕ ਬੈਠੇ ਜਦੋਂ ਇਹ ਸੁਣਿਆ ਗयो ਜੋ ਸੰਗ ਸਭ ਵੀਰ ਬੁਲਾਇਆ ਮਹਾਰਾਜ ਸਾਹਿਬ ਜੀ ਨੇ 6ਵੇਂ ਪਾਤਸ਼ਾਹ ਜੀ ਨੇ ਜਿਹੜੇ ਯੋਧੇ ਗਏ ਸੀ ਨਾ ਬਾਬਾ ਗੁਰਦਿੱਤਾ ਜੀ ਦੇ ਨਾਲ ਸ਼ਿਕਾਰ ਖੇਡਣ ਉਹਨਾਂ ਸੂਰਮਿਆਂ ਨੂੰ ਨਾ ਜੋਧਿਆਂ ਨੂੰ ਬੁਲਾ ਲਿਆ ਨਿਕਟ ਆਏ ਪਖਬਾਕ ਅਲਾਇਓ ਜਦੋਂ ਕੋਲ ਆ ਗਏ ਤੇ ਬਾਬਾ ਜੀ ਮਹਾਰਾਜੇਵੇਂ ਪਾਸ਼ਾ ਜੀ ਬੋਲੇ ਆਜ ਕਹਾ ਤਮ ਸਮਾ ਬਤਾਇਓ ਅੱਜ ਤੁਸੀਂ ਕਿੱਥੇ ਗਏ ਸੀ ਵਿਚਰਤ ਵਹਿਰ ਅਸਨ ਅਬਖਾਇਓ ਹਾਂ ਨਗਰ ਹੁਣ ਛਕਿਆ ਹੈ ਸਗਰੀ ਸਾਚੀ ਦੇਹ ਬਤਾਇ ਸਾਰੀ ਗੱਲ ਸੱਚ ਦੱਸੋ ਕਿੱਥੇ ਗਏ ਸੀ ਤੁਸੀਂ ਅੱਜ ਹਾਂਜੀ ਤੁਰ ਕਹਾ ਤੋ ਦੋਸ਼ ਲਗਾਏ ਜੇ ਝੂਠ ਬੋਲੋਗੇ ਤੇ ਦੋਸ਼ ਲੱਗੇਗਾ ਬਾਬ ਲਗੇਗਾ ਇਸ ਕਰਕੇ ਸੱਚੋ ਸੱਚ ਦੱਸੋ ਅੱਜ ਤੁਸੀਂ ਲੇਟ ਲੰਗਰ ਛਕਿਆ ਦੁਪਹਿਰ ਹੀ ਕਿੱਥੇ ਸੀ ਤੁਸੀਂ ਸਵੇਰ ਦੇ ਸੁਣ ਤਸਾ ਪਟ ਕੰ ਪਿਓ ਸਭਾਤ ਉਹ ਜਿਹੜੇ ਸਿੱਖ ਸੀਗੇ ਮਹਾਰਾਜ ਦੇ ਬਚਨ ਸੁਣ ਕੇ ਡਰ ਗਏ ਉਹਨਾਂ ਨੂੰ ਕੰਬਣੀ ਛਿੜ ਗਈ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਸਤਗੁਰੂ ਜੀ ਨੂੰ ਜੇ ਪਤਾ ਲੱਗਾ ਕਿ ਬਾਬਾ ਗੁਰਦਿੱਤਾ ਜੀ ਨੇ ਮਰੀ ਹੋਈ ਗਾਂ ਜਿੰਦਾ ਕੀਤੀ ਹੈ ਤੇ ਸਤਗੁਰੂ ਬਹੁਤ ਨਾਰਾਜ਼ ਹੋਣਗੇ ਜਿਵੇਂ ਬਾਬਾ ਅਟਲ ਜੀ ਗੁਰੂ ਸਾਹਿਬ ਛੇਵੇਂ ਪਾਤਸ਼ਾਹ ਜੀ ਦੇ ਸਹਬਜ਼ਾਦੇ 9 ਸਾਲਾਂ ਦੇ ਸਨ ਆਨੰਦਪੁਰ ਸ੍ਰੀ ਅੰਮ੍ਰਿਤਸਰ ਸਾਹਿਬ ਉਹਨਾਂ ਨੇ ਇੱਕ ਆਪਣਾ ਸਾਥੀ ਮੋਹਣ ਨਾਮ ਦਾ ਬੱਚਾ ਜੋ ਚੜ੍ਹਾਈ ਕਰ ਗਿਆ ਸੀ ਉਹਨੂੰ ਜ਼ਿੰਦਾ ਕਰ ਦਿੱਤਾ ਸੀ ਆਪਣੀ ਸ਼ਕਤੀ ਨਾਲ ਤਾਂ ਮਹਾਰਾਜ ਛੇਵੇਂ ਪਾਤਸ਼ਾਹ ਨੇ ਫੈਸਲਾ ਸੁਣਾਤਾ ਸੀ ਵੀ ਜਾਂ ਸਰੀਰ 'ਚ ਤੁਸੀਂ ਰਹੋ ਜਾਂ ਅਸੀਂ ਰਹੀਏ ਮੋਣ ਦੀ ਥਾਂ ਤੇ ਇੱਕ ਬੰਦੇ ਨੂੰ ਜਾਣਾ ਪੈਣਾ ਨਾ 9 ਸਾਲ ਦੇ ਬਾਬਾ ਜੀ ਬਾਬਾ ਅਟਲ ਰਾਏ ਜੀ ਚੋਲਾ ਛੱਡ ਗਏ ਸਨ ਅੱਜ ਕੱਲ ਉੱਥੇ ਜਿੱਥੇ ਬਾਬਾ ਅਟਲ ਜੀ ਨੇ ਚੋਲਾ ਛੱਡਿਆ ਸੀ ਤੇ ਉਹਨਾਂ ਦਾ ਸੰਸਕਾਰ ਹੋਇਆ ਸੀ ਗੁਰਦੁਆਰਾ ਬਾਬਾ ਅਟਲ ਸਾਹਿਬ ਜੀ ਬਹੁਤ ਉੱਚਾ ਦਰਬਾਰ ਸ੍ਰੀ ਅੰਮ੍ਰਿਤਸਰ ਚ ਮੌਜੂਦ ਹੈ ਨੌ ਬੰਜਲਾਂ ਵਾਲਾ ਸੋ ਇਸ ਗੱਲ ਦਾ ਸਾਰੇ ਸਿੱਖਾਂ ਨੂੰ ਪਤਾ ਸੀ ਵੀ ਗੁਰੂ ਸਾਹਿਬ ਇਸ ਤਰ੍ਹਾਂ ਕਿਸੇ ਮਰੇ ਹੋਏ ਜੀਵ ਨੂੰ ਜਿਵਾਨ ਤੇ ਖੁਸ਼ ਨਹੀਂ ਹੁੰਦੇ ਬਹੁਤ ਨਾਰਾਜ਼ ਹੁੰਦੇ ਹਨ ਲੱਗੇ ਉਹ ਬਤਾਵਨ ਸਾਚੀ ਬਾਤ ਪਰਉਨ ਮਹਾਰਾਜ ਨੇ ਕਿਹਾ ਸੱਚ ਦਸੀ ਸੱਚੀ ਦੱਸਣਾ ਪੈਣਾ ਸੀ ਸਿੱਖ ਨਾਲੇ ਕੰਬੀ ਜਾਂਦਾ ਹੈ ਹੱਥ ਜੁੜੇ ਹੋਏ ਨੇ ਤੇ ਸਤਿਗੁਰੂ ਛੇਵੇਂ ਪਾਤਸ਼ਾਹ ਜੇ ਕਿ ਸਾਰੀ ਕਥਾ ਸੁਣਾਉਂਦਾ ਹੈ ਕਹਾਂ ਕੂਰ ਤੋ ਜਾਣੈ ਸਾਰੀ ਇਹ ਸੋਚ ਕੇ ਵੀ ਜੇ ਮੈਂ ਝੂਠ ਬੋਲਿਆ ਵੀ ਤਾਂ ਮਹਾਰਾਜ ਸੱਚੇ ਪਾਤਸ਼ਾਹ ਜਾਣੀ ਜਾਣ ਹਨ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਇਹਨਾਂ ਤੋਂ ਕੋਈ ਗੱਲ ਲੁਕੀ ਛਿਪੀ ਨਹੀਂ ਹੈ ਇਹ ਸਭ ਤਿੰਨਾਂ ਕਾਲਾਂ ਦੇ ਗਿਆਤਾ ਹਨ ਭੂਤ ਕਾਲ ਦੇ ਭਵਿੱਖ ਕਾਲ ਦੇ ਵਰਤਮਾਨ ਦੇ ਗਿਆਤਾ ਹਨ ਸਤਿਗੁਰੂ ਜੀ ਮੁਜ ਪ੍ਰਤ ਦੇਹ ਸਰਾਪ ਉਚਾਰੀ ਤੇ ਮੈਨੂੰ ਕੋਈ ਸਰਾਪ ਦੇ ਦੇਣਗੇ ਕੋਈ ਬਚਨ ਕੌੜਾ ਕਰ ਦਿੱਤਾ ਮੇਰੇ ਵਾਸਤੇ ਮੇਰਾ ਤਾਂ ਸਭ ਕੁਝ ਬਰਬਾਦ ਹੋ ਜਾਏਗਾ ਕਈ ਜੂਨੀਏ ਚ ਭਟਕਦਾ ਫਿਰਾਂਗਾ ਉਹ ਸਿੱਖ ਡਰ ਗਿਆ ਬਹੁਤ ਡਰ ਗਿਆ ਸਾਧ ਸੰਗਤ ਜੀ ਸਿੱਖੀ ਹੈ ਹੀ ਬ੍ਰੇਮ ਦੀ ਤੇ ਭਾਉ ਦੀ ਜੇ ਮਨ ਚ ਗੁਰੂ ਦਾ ਪਉ ਡੇ ਭਾਉ ਨਹੀਂ ਭਾਉ ਹੁੰਦਾ ਡਰ ਤੇ ਭਾਉ ਹੁੰਦਾ ਪ੍ਰੇਮ ਇਹ ਦੋਵੇਂ ਚਾਹੀਦੇ ਗੁਰੂ ਦਾ ਡਰ ਵੀ ਚਾਹੀਦਾ ਜਿਹੜੇ ਸਿੱਖ ਗੁਰੂ ਤੋਂ ਡਰਦੇ ਨਹੀਂ ਨਾ ਉਹ ਵੀ ਗੁਰੂ ਦਾ ਪਿਆਰ ਨਹੀਂ ਲੈ ਸਕਦੇ ਸਾਡੇ ਵਰਗੇ ਪਾਪੀ ਬੰਦੇ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਪ੍ਰੇਮ ਤੋਂ ਬਾਂਝੇ ਕਿਉਂ ਰਹਿ ਜਾਂਦੇ ਅਸੀਂ ਗੁਰੂ ਤੋਂ ਡਰਦੇ ਨਹੀਂ ਭਾਈ ਗੁਰੂ ਕੇ ਸਿੱਖ ਗੁਰੂ ਨਾਲ ਪ੍ਰੇਮ ਵੀ ਕਰਦੇ ਐ ਤੇ ਗੁਰੂ ਦੇ ਸਿੱਖ ਗੁਰੂ ਤੋਂ ਭੈ ਵੀ ਰੱਖਦੇ ਡਰਦੇ ਵੀ ਅਦਬ ਵੀ ਕਰਦੇ ਐ ਤੋ ਸਿੱਖ ਬਹੁਤ ਭੈ ਨਾਲ ਬੋਲਿਆ ਅਚਰਜ ਆਜ ਕਹੁ ਮਰ ਗਈ ਸੱਚੇ ਪਾਤਸ਼ਾ ਅੱਜ ਬੜਾ ਅਚਰਜ ਕੰਮ ਹੋਇਆ ਸਾਡੇ ਸਿੱਖਾਂ ਚੋ ਕਿਸੇ ਨੇ ਗੋਲੀ ਚਲਾਈ ਹਿਰਨ ਬਾਰਾ ਸਿੰਘੇ ਦਾ ਸ਼ਿਕਾਰ ਕਰਨ ਲਈ ਪਰ ਮਹਾਰਾਜ ਗੋਲੀ ਲੱਗੀ ਜਾ ਕੇ ਗਊ ਨੂੰ ਤੇ ਗਊ ਮਰ ਗਈ ਸਾਡੇ ਕੋਲੋਂ ਜਾਣੇ ਬਿਨਾ ਮਾਰ ਪਟ ਦਈ ਸਾਨੂੰ ਪਤਾ ਨਹੀਂ ਲੱਗਾ ਸਾਡੇ ਸਿੱਖ ਨੂੰ ਸਾਡੇ ਸਾਥੀ ਨੂੰ ਪਛਾਣ ਨਹੀਂ ਆਈ ਸਹੀ ਦੂਰੋਂ ਨੇ ਬਾਰਾ ਸਿੰਘਾ ਸਮਝਿਆ ਗੋਲੀ ਚਲਾ ਦਿੱਤੀ ਗੋਲੀ ਜਾ ਕੇ ਵੱਜੀ ਤੇ ਮਰ ਗਈ ਗਊ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੇ ਕੋਲੋਂ ਅੱਜ ਬਹੁਤ ਵੱਡੀ ਹੱਤਿਆ ਹੋ ਗਈ ਆਏ ਕੋਹੀਆ ਸ਼ੋਰ ਮਚਾਇਓ ਤੇ ਪਹਾੜੀਏ ਆ ਗਏ ਕੋਹੀਏ ਕੋਹੀਆ ਪਹਾੜੀਆਂ ਨੂੰ ਕਹਿੰਦੇ ਆ ਤੁੱਕ ਕੋਈ ਆਗੇ ਪਹਾੜੀਏ ਆਗੇ ਉਹਨਾਂ ਨੇ ਸ਼ੋਰ ਮਚਾ ਦਿੱਤਾ ਸ਼੍ਰੀ ਗੁਰ ਦਿੱਤਾ ਸੁਣ ਤਬ ਆਇਓ ਤੇ ਬਾਬਾ ਗੁਰਦਿੱਤਾ ਜੀ ਵੀ ਉਹ ਆਵਾਜ਼ ਰੌਲਾ ਸੁਣ ਕੇ ਉੱਥੇ ਪਹੁੰਚ ਗਏ ਮਹਾਦੋਸ਼ ਗੋ ਘਾਤ ਪਛਾਨਾ ਬਾਬਾ ਜੀ ਨੇ ਵਿਚਾਰ ਕੀਤੀ ਵੀ ਬੜਾ ਦੋਸ਼ ਹੋ ਗਿਆ ਸਿੱਖ ਦੇ ਹੱਥੋਂ ਅਣ ਜਾਣੇ ਚ ਗਊ ਮਰ ਗਈ ਹੈ ਭਨੇ ਸਭਨ ਕੇ ਦੀਨ ਸੁਪਰਾਣਾ ਤੇ ਬਾਬਾ ਜੀ ਨੇ ਸਾਰੀ ਸੰਗਤ ਦੀ ਬੇਨਤੀ ਮੰਨ ਕੇ ਉਸ ਗਊ ਨੂੰ ਦੁਬਾਰਾ ਜਿੰਦਾ ਕਰਤਾ ਮਰੀ ਹੋਈ ਗਾਂ ਨੂੰ ਪ੍ਰਾਣ ਦਾਤ ਦੇ ਦਿੱਤੇ ਹਨ ਝਗੜਾ ਪਰਿਓ ਰਹਿਓ ਤਿਸਥਾਨ ਜਿੱਨਾ ਚਿਰ ਬਾਬਾ ਜੀ ਨੇ ਗਊ ਜਿੰਦਾ ਨਹੀਂ ਕੀਤੀ ਉਹਨਾਂ ਚਿਰ ਮਹਾਰਾਜ ਉਥੇ ਝਗੜਾ ਪਿਆ ਰਿਹਾ ਉਥੇ ਕਲੇਸ਼ ਹੁੰਦਾ ਰਿਹਾ ਉਹ ਜਿਹੜੇ ਗੁਜਰ ਉਹ ਰੌਲਾ ਪਾਉਂਦੇ ਸੀ ਵੀ ਤੁਸੀਂ ਗਊ ਮਾਰਤੀ ਐ ਤੁਸੀਂ ਗਊ ਦੇ ਹਤਿਆਰੇ ਹੋ ਤੁਸੀਂ ਸਿੱਖ ਗੁਰੂ ਦੇ ਹੋ ਕੇ ਇਦਾਂ ਗਊਆਂ ਮਾਰਦੇ ਫਿਰਦੇ ਹੋ ਅਸੀਂ ਰਾਜੇ ਨੂੰ ਦੱਸਾਂਗੇ ਤੇ ਅਸੀਂ ਰੌਲਾ ਪਾਵਾਂਗੇ ਗੁਰੂ ਘਰ ਦੀ ਬਦਨਾਮੀ ਕਰਾਂਗੇ ਇਹ ਉਸ ਚੁੱਪ ਕੀਤਾ ਹੀ ਨਹੀਂ ਉਹ ਸਾਰੇ ਗੁੱਜਰ ਰੌਲਾ ਪਾਉਂਦੇ ਰਹੇ ਜਾਂ ਤੇ ਆਇਓ ਦਿਨ ਮਦਿਆਨ ਮਹਾਰਾਜ ਇਸ ਕਰਕੇ ਜਦੋਂ ਗਊ ਜਿੰਦਾ ਕੀਤੀ ਟਾਈਮ ਲੱਗ ਗਿਆ ਬਾਬਾ ਜੀ ਗੁਰਦਿੱਤਾ ਜੀ ਦੇ ਨਾਲ ਅਸੀਂ ਸ਼ਿਕਾਰ ਖੇਡਣ ਗਏ ਸੀ ਤੇ ਦੇਰੀ ਹੋ ਗਈ ਤੇ ਦਬੈਰਾ ਹੋ ਗਿਆ ਸਤਗੁਰੂ ਜੀ ਸੇਰੀ ਸਤ ਗੁਰ ਸੋਨ ਤਰ ਕਰਮਾਨ ਇਹ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਚੋਪੀ ਕਰਕੇ ਬੋਲੇ ਹੀ ਨਹੀਂ ਪ੍ਰਸ ਔਰ ਕੀਨ ਨ ਜਾਣੀ ਕਾਨ ਹਾਂ ਮਨ ਚ ਗੁੱਸਾ ਕਰ ਲਿਆ ਬਹੁਤ ਨਰਾਜਗੀ ਹੋ ਗਈ ਮਹਾਰਾਜ ਛੇਵੇਂ ਪਾਤਸ਼ਾਹ ਦੇ ਪਰ ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ ਚਾਰ ਘਟੇ ਸਨ ਫੇਰ ਬਿਤਾਈ ਕਹਿੰਦੇ ਇੱਦਾਂ ਬੈਠੇ ਰਹੇ ਦਬੈ ਰ ਢਲ ਗਿਆ ਚਾਰ ਘੜੀਆਂ ਬੀਤ ਗਈਆਂ ਡੇਢ ਜਾਮ ਦਿਨ ਰਹੇ ਉਤदाई ਸ਼ਾਮ ਦੇ ਕੋਈ 3 4 ਵਜੇ ਦਾ ਟਾਈਮ ਜਿਹੜਾ ਹੁੰਦਾ ਹੈ ਦਿਨ ਦਾ ਡੇਢ ਪੈਰ ਬਾਕੀ ਰਹਿ ਗਿਆ ਯਾਨੀ 4 ਘੰਟੇ ਦਿਨ ਰਹਿ ਗਿਆ ਜੇ ਮੰਨ ਲਓ 7:00 ਵਜੇ ਦਿਨ ਸ਼ਬਦਾ ਸੀ ਤੇ ਸ਼ਾਮ ਦੇ 3 3:30 ਵੱਜ ਗਏ ਜਾਨ ਸੁਚੇਤ ਹੋਣ ਕੋ ਕਾਲ ਇਹ ਮਹਾਰਾਜ ਦੇ ਰੋਜ਼ ਸੁਚੇਤਤਾ ਪਾਣੀ ਇਸ਼ਨਾਨਾ ਕਰਨ ਦਾ ਸਮਾਂ ਹੈ ਲਗਭਗ ਦੁਪਹਿਰ ਨੂੰ 2 ਘੰਟੇ ਰਾਮ ਕਰਦੇ ਸੀ ਤੇ ਫਿਰ ਸਤਿਗੁਰੂ ਜੀ ਉੱਠ ਕੇ ਇਸ਼ਨਾਨ ਕਰਕੇ ਸੰਗਤਾਂ ਵਿੱਚ ਬਿਰਾਜਮਾਨ ਹੁੰਦੇ ਸੀ ਸੰਗਤਾਂ ਨੂੰ ਦਰਸ਼ਨ ਦਿੰਦੇ ਸੀ ਕੀਰਤਨ ਕਥਾ ਹੁੰਦਾ ਦੀਵਾਨ ਸਜਦਾ ਸੀ ਤੋਂ ਮਹਾਰਾਜ ਨੇ ਸੁਚੇਤਾ ਤਾੜਿਆ ਪੰਜ ਇਸ਼ਨਾਨਾ ਕੀਤਾ ਬਸਤਰ ਬਦਲੇ ਸ਼ਸਤਰ ਬਸਤਰ ਸਜਾਏ ਦੀਵਾਨ ਵਿੱਚ ਦਰਸ਼ਨ ਦੇਣ ਲਈ ਜਾਣ ਲੱਗੇ ਆਏ ਸਮੀਪ ਸੁਪੁੱਤਰ ਬਸਾਲ ਅਜੇ ਗੁਰੂ ਸਾਹਿਬਾਂ ਮਾਂ ਜੀ ਸ਼ਨਾਨਾ ਕਰਕੇ ਦਸਤਾਰ ਦਮਾਲਾ ਸਜਾਰੇ ਸਨ ਕਿ ਵੱਡਾ ਸਹਬ ਜਾਦਾ ਬਾਬਾ ਗੁਰਦਿੱਤਾ ਜੀ ਆ ਗਏ ਕਰ ਬੰਦਨ ਕੋ ਖਰੇ ਅਗਾਰੀ ਮਹਾਰਾ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਮੱਥਾ ਟੇਕ ਕੇ ਬਾਬਾ ਗੁਰਦਿੱਤਾ ਜੀ ਹੱਥ ਜੋੜ ਕੇ ਸਾਹਮਣੇ ਖਲੋ ਗਏ ਦੌਰ ਪਿਤਾ ਕੀ ਅਪਰ ਨਿਹਾਰੀ ਪਿਤਾ ਦੇ ਚਿਹਰੇ ਤੇ ਅੱਜ ਹੋਰ ਭਾਵ ਸਨ ਅੱਜ ਪਿਤਾ ਜੀ ਖੁਸ਼ ਨਜ਼ਰ ਨਹੀਂ ਸੀ ਆ ਰਹੇ ਅੱਜ ਪਿਤਾ ਜੀ ਉਹ ਜਿਵੇਂ ਅੱਗੇ ਵੱਡੇ ਪੁੱਤਰ ਨੂੰ ਪਿਆਰ ਨਾਲ ਮਿਲਦੇ ਸੀ ਅੱਜ ਨਹੀਂ ਮਿਲੇ ਛਟਤ ਰਹੇ ਥਿਰਤਾ ਤਰ ਅੰਗ ਬਾਬਾ ਗੁਰਦਿੱਤਾ ਜੀ ਦੇਖਦੇ ਰਹੇ ਉੱਥੇ ਖੜੇ ਰਹੇ ਹੱਥ ਜੋੜ ਕੇ ਨੈਨ ਕਮਲ ਸ਼ੰਕਤ ਚਿਤਪੰਦ ਤੇ ਬਾਬਾ ਜੀ ਗੁਰਦਿੱਤਾ ਜੀ ਦੇ ਕਮਲ ਵਰਗੇ ਸੋਹਣੇ ਨੇਤਰਾਂ ਦੇ ਵਿੱਚ ਸ਼ੰਕਾ ਵੀ ਅੱਜ ਪਤਾ ਨਹੀਂ ਪਿਤਾ ਜੀ ਕਿਹੜੀ ਗੱਲ ਤੋਂ ਨਾਰਾਜ਼ ਹਨ ਕੁਝ ਹੈ ਵੀ ਸੀ ਵੇ ਮੇਰੇ ਕੋਲੋਂ ਜਿਹੜਾ ਗਊ ਜਿੰਦਾ ਕਰਾਣ ਦਾ ਅਪਰਾਧ ਹੋ ਗਿਆ ਹੈ ਇਹਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਜ਼ਰੂਰ ਨੋਟਿਸ ਲੈਣਗੇ ਪਤਾ ਤਾਂ ਲੱਗ ਗਿਆ ਜਾਣੀ ਜਾਣ ਹਨ ਅੰਤਰਜਾਮੀ ਹਨ ਤੋਂ ਮਨ ਦੇ ਵਿੱਚ ਮਹਾਰਾਜ ਦੇ ਸਹਬਜ਼ਾਦੇ ਬਾਬਾ ਗੁਰਦਿੱਤਾ ਜੀ ਬੜੇ ਸੰਕੋਚ ਵਿੱਚ ਢੰਗ ਨਾਲ ਸਤਗੁਰੂ ਜੀ ਵੱਲ ਦੇਖੀ ਜਾਂਦੇ ਹਨ ਸੁੱਤ ਵਿਸਾਲ ਪਰ ਕੋਪ ਵਿਸਾਲ ਆਪਣੇ ਵੱਡੇ ਪੁੱਤਰ ਦੇ ਉੱਤੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਬਹੁਤ ਜ਼ਿਆਦਾ ਨਾਰਾਜ਼ ਹੋ ਗਏ ਨੇ ਸਤਗੁਰ ਬਦਨੁ ਦ੍ਰਿਗਨ ਕਰਾਲਾਰ ਤੇ ਸਤਗੁਰੂ ਜੀ ਦੇ ਚਿਹਰੇ ਤੇ ਲਾਲੀ ਤੇ ਨੇਤਰਾਂ 'ਚ ਵੀ ਲਾਲੀ ਆ ਗਈ ਹੈ ਬੋਲੇ ਕਰਨ ਲੱਗੇ ਅਬਨੀ ਕੀ ਤੇ ਮਹਾਰਾਜ 5-7 ਮਿੰਟ ਖੜਾ ਰਿਹਾ ਸਹਿਬ ਜੀ ਦਾ ਬਾਬਾ ਗੁਰਦੇਤਾ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਤਾ ਮੂੰਹ ਕਰਕੇ ਬੋਲੇ ਕਹਿੰਦੇ ਹੁਣ ਚੰਗੀਆਂ ਗੱਲਾਂ ਕਰਨ ਲੱਗ ਪਏਓ ਆ ਬੜਾ ਚੰਗਾ ਕੰਮ ਫੜ ਲਿਆ ਤੁਸੀਂ ਹਰ ਘਰ ਸੰਤਨ ਲੱਗੇ ਜੋ ਪੀਕੇ ਜਿਹੜਾ ਕੰਮ ਪਰਮੇਸ਼ਰ ਨੂੰ ਚੰਗਾ ਨਹੀਂ ਲੱਗਦਾ ਜਿਹੜਾ ਪਰਮੇਸ਼ਰ ਦੇ ਸੰਤਾਂ ਨੂੰ ਚੰਗਾ ਨਹੀਂ ਲੱਗਦਾ ਜਿਹੜਾ ਗੁਰੂ ਨਾਨਕ ਨੂੰ ਚੰਗਾ ਨਹੀਂ ਲੱਗਦਾ ਉਹ ਕੰਮ ਤੁਸੀਂ ਕਰਨ ਲੱਗੇ ਹੋ ਜਿਸ ਕ੍ਰਿਤ ਕੋ ਸਜਾ ਨੂੰ ਨਾ ਸਨਮਾਨਾ ਜਿਸ ਕੰਮ ਨੂੰ ਸੰਤ ਮਹਾਂਪੁਰਸ਼ ਸਨਮਾਨ ਨਹੀਂ ਦਿੰਦੇ ਜਿਹੜੇ ਰੱਬ ਦੇ ਪਿਆਰੇ ਹਨ ਉਹ ਬਾਣੇ ਵਿੱਚ ਰਹਿੰਦੇ ਨੇ ਕਰਾਮਾਤ ਦਿਖਾਣੀ ਰੱਬ ਦਾ ਸ਼ਰੀਕ ਬਣਨਾ ਇਸ ਕੰਮ ਨੂੰ ਚੰਗਾ ਬਿਲਕੁਲ ਨਹੀਂ ਸਮਝਦੇ ਸਮਤ ਬਾਂਤ ਸੋ ਕਬ ਹੋਣਾ ਠਾਣਾ ਜਿਹੜੇ ਸਿਆਣੇ ਮਹਾਂਪੁਰਸ਼ ਸਾਧੂ ਹਨ ਉਹ ਇਹ ਕੰਮ ਕਰਦੇ ਹੀ ਨਹੀਂ ਕਦੀ ਵੀ ਨਹੀਂ ਕਰਦੇ ਨਾ ਕੋਈ ਕਰਾਮਾਤ ਦਿਖਾਉਂਦੇ ਆ ਨਾ ਕਰਾਮਾਤ ਦੇ ਰਾਹ ਤੇ ਜਾਂਦੇ ਐ ਆਨ ਪਰੇ ਸਭ ਸਹ ਸਰੀਰ ਜੋ ਸਰੀਰ ਤੇ ਆ ਪੈਂਦੀ ਸਹਿ ਲੈਂਦੇ ਤੁਹਾਡੇ ਦਾਦਾ ਜੀ ਨੇ ਤੱਤੀਆਂ ਤਵੀਆਂ ਤੇ ਬਹਿ ਕੇ ਤੱਤਾ ਰੇਤਾ ਸੀਸ ਵਿੱਚ ਪਵਾ ਲਿਆ ਉਹਨਾਂ ਨੇ ਤਾਂ ਕਰਾਮਾਤ ਦਿਖਾਈ ਨਹੀਂ ਤੇ ਤੁਹਾਡੇ ਤੇ ਕਿਹੜੀ ਮੁਸੀਬਤ ਆ ਗਈ ਤੁਸੀਂ ਇੱਕ ਦਮ ਗਊ ਜਿੰਦਾ ਕਰ ਦਿੱਤੀ ਹੈ ਨਹੀਂ ਛੋਰ ਤੇ ਤਰਤ ਧੀਰ ਜਿਹੜੇ ਮਹਾਪੁਰਸ਼ ਹੁੰਦੇ ਨਾ ਉਸ ਆਪਣਾ ਜਪ ਤਪ ਆਪਣਾ ਨਿਯਮ ਆਪਣੀ ਮਰਜ਼ਾਦਾ ਆਪਣਾ ਸਿਰ ਛੱਡਦੇ ਨਹੀਂ ਧੀਰਜ ਰੱਖਦੇ ਨੇ ਜੋ ਵੀ ਵਾਅਦਾ ਘਾਟਾ ਹੋਵੇ ਸਹਿ ਲੈਂਦੇ ਨੇ ਸੀਸ ਦੇਹ ਪਰ ਨਹੀਂ ਜਨਾਵਾ ਉਹ ਆਪਣਾ ਸੀਸ ਤਾਂ ਦੇ ਦਿੰਦੇ ਨੇ ਪਰ ਆਪਣਾ ਦੁੱਖੜਾ ਜਨਾਉਂਦੇ ਨਹੀਂ ਕਿਸੇ ਨੂੰ ਆਪਣੀ ਕਰਾਮਾਤ ਆਪਣੀ ਸ਼ਕਤੀ ਦਾ ਪ੍ਰਗਟਾਵਾ ਨਹੀਂ ਹੋਣ ਦਿੰਦੇ ਵੀ ਸਾਡੇ ਕੋਲ ਕੋਈ ਤਾਕਤ ਹੈ ਕੋਈ ਗੈਬੀ ਸ਼ਕਤੀ ਹੈ ਉਹ ਇਹੋ ਜੇ ਸਾਧੂ ਮਹਾਤਮਾ ਮਹਾਪੁਰਸ਼ ਹੁੰਦੇ ਹਨ ਪ੍ਰਭ ਦਰਗਾਹ ਸੋ ਆਦਰ ਪਾਵੇ ਉਹ ਹੀ ਰੱਬ ਦੀ ਦਰਗਾਹ ਵਿੱਚ ਆਦਰ ਪਾਉਂਦੇ ਨੇ ਲੋਬਾਲੀ ਦਰਗਾਹ ਵਿੱਚ ਦਰਗੈ ਮਾਣ ਨਿਮਾਣਾ ਪਾਵੇ ਉਸ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਜੀ ਦੀ ਦਰਗਾਹ ਵਿੱਚ ਉਹਨਾਂ ਨਿਵਾਣਿਆਂ ਨੂੰ ਮਾਣ ਮਿਲਦਾ ਹੈ ਅਟਲ ਰਾਜ ਜਾਂ ਤੇ ਤਜ ਪ੍ਰਾਨਾ ਤੁਹਾਡੇ ਛੋਟੇ ਭਾਈ ਅਟਨ ਰਾਏ ਪ੍ਰਾਨ ਤਿਆਗ ਕੇ ਤੁਹਾਡੇ ਸਾਹਮਣੇ ਤੁਹਾਨੂੰ ਪਤਾ ਨਹੀਂ ਲੱਗਾ ਉਹਨਾਂ ਨੇ ਆਪਣੇ ਸਾਥੀ ਦੇ ਪ੍ਰਾਣ ਜਿਹੜੇ ਚਲੇ ਗਏ ਸਨ ਚੜਾਈ ਕਰ ਗਿਆ ਸੀ ਮੋਹਣ ਨਾਮ ਦਾ ਲੜਕਾ ਉਹਨੂੰ ਜ਼ਿੰਦਾ ਕਰ ਦਿੱਤਾ ਸੀ ਤੂੰ ਅਬ ਲੋ ਸਮਝਿਓ ਨਾ ਸਿਆਣਾ ਤੇ ਤੇਰੇ ਛੋਟੇ ਭਾਈ ਨੇ 9 ਸਾਲ ਦੀ ਉਮਰ ਚ ਫਿਰ ਆਪਣਾ ਚੋਲਾ ਛੱਡਿਆ ਸੀ ਮੋਹਣ ਦੀ ਥਾਂ ਤੇ ਤੇ ਤੈਨੂੰ ਅਜੇ ਤੱਕ ਸਮਝ ਨਹੀਂ ਆਈ ਤੂੰ ਤਾਂ ਸਿਆਣਾ ਉਹ ਤਾਂ ਛੋਟਾ ਸੀ 9 ਸਾਲ ਦਾ ਸੀ ਤੁਸੀਂ ਤਾਂ ਗੁਰਦਿੱਤਾ ਜੀ ਵਿਆਹ ਵਰੇ ਹੋ ਬੱਚਿਆਂ ਵਾਲੇ ਹੋ ਸਿਆਣੇ ਬਿਆਣੇਓ ਤੇ ਤੁਸੀਂ ਇਹ ਕੀ ਕੰਮ ਕੀਤਾ ਹੈ ਇਮ ਤਾ ਕਰਨ ਸਦਾ ਨਹ ਆਚੀ ਇਸ ਤਰ੍ਹਾਂ ਕਰਨਾ ਤਾਂ ਠੀਕ ਨਹੀਂ ਹੈ ਜੇ ਤੁਸੀਂ ਇਦਾਂ ਕਰੋਗੇ ਕਰਮਾਤਾ ਦਿਖਾਓਗੇ ਮਰੇ ਹੋਏ ਜਾਨਵਰਾਂ ਨੂੰ ਮਰੇ ਹੋਏ ਬੰਦਿਆਂ ਨੂੰ ਮਰੀਆਂ ਹੋਈਆਂ ਚੀਜ਼ਾਂ ਨੂੰ ਜ਼ਿੰਦਾ ਕਰੋਗੇ ਪੁਨ ਹਮ ਅਛਤ ਕਹਾ ਚਤ ਬਾਂਚੀ ਤੇ ਫਿਰ ਉਹ ਵੀ ਸਾਡੇ ਹੁੰਦਿਆਂ ਅਸੀਂ ਗੱਦੀ ਤੇ ਬੈਠੇ ਆ ਗੁਰੂ ਤੁਸੀਂ ਬਣੇ ਨਹੀਂ ਅਜੇ ਗੁਰਤਾ ਗੱਦੀ ਤੁਹਾਨੂੰ ਮਿਲੀ ਨਹੀਂ ਸਾਡੇ ਕੋਲ ਗੁਰਤਾ ਗੱਦੀ ਹੈ ਸਾਡੇ ਹੁੰਦਿਆਂ ਤੁਸੀਂ ਆਪਣੀ ਵੱਖਰੀ ਇਹ ਮਰਿਆਦਾ ਚਲਾ ਲਈ ਵੀ ਮਰੇ ਹੋਏ ਜਾਨਵਰਾਂ ਨੂੰ ਡੰਗਰਾਂ ਨੂੰ ਤੁਸੀਂ ਜ਼ਿੰਦਾ ਕਰ ਦਿੱਤਾ ਹੈ ਚਾਹਤ ਕਰਨ ਤੇ ਅਦ ਕਬਡਾਈ ਤੁਸੀਂ ਗੁਰੂਆਂ ਨਾਲੋਂ ਜ਼ਿਆਦਾ ਵਡਿਆਈ ਚਾਹੁੰਦੇ ਹੋ ਕਿ ਗੁਰੂ ਨੇ ਜ਼ਿੰਦਾ ਕਰ ਸਕਦੇ ਲੋਕਾਂ ਨੂੰ ਗੁਰੂ ਤਾਂ ਬਾਣੇ ਵਿੱਚ ਰਹਿੰਦੇ ਨੇ ਉਹ ਵਾਹਿਗੁਰੂ ਦੇ ਰਜਾਬ ਵਿੱਚ ਰਹਿੰਦੇ ਨੇ ਤੇ ਤੁਸੀਂ ਵੱਡੇ ਬਣਨਾ ਚਾਹੁੰਦੇ ਹੋ ਮਰੇ ਹੋਏ ਜਾਨਵਰਾਂ ਦੀ ਗਊਆਂ ਦੀ ਜਾਨ ਪਾ ਕੇ ਅਜਾਰਨ ਜਹਾਨ ਜਣਾਈ ਆਹ ਹਾ ਹਾ ਅਜਾਰਨ ਨੂੰ ਜਰ ਨਹੀਂ ਸਕਦੇ ਤੁਸੀਂ ਤੁਹਾਨੂੰ ਪਰਮੇਸ਼ਰ ਗੁਰੂ ਨਾਨਕ ਸਾਹਿਬ ਨੇ ਸ਼ਕਤੀ ਦਿੱਤੀ ਹੈ ਉਹਨੂੰ ਸਮੇਟ ਕੇ ਰੱਖੋ ਤੁਸੀਂ ਦੁਨੀਆ ਨੂੰ ਜਹਾਨ ਨੂੰ ਜਣਾਈ ਜਾਂਦੇ ਹੋ ਦੱਸੇ ਜਾਂਦੇ ਹੋ ਵੀ ਸਾਡੇ ਕੋਲ ਸ਼ਕਤੀ ਹੈ ਕਰਾਮਾਤ ਹੈ ਕਰ ਅਜ ਮਤ ਦੇ ਸਰਬੀ ਪਰਾਨਾ ਤੁਸੀਂ ਆਪਣੀ ਕਰਾਮਾਤ ਨਾਲ ਆਪਣੀ ਸ਼ਕਤੀ ਨਾਲ ਗਾਂ ਨੂੰ ਜਿੰਦਾ ਕੀਤਾ ਹੈ ਗਨੇ ਗਰੀਬ ਸੁਣ ਹੈ ਜਬ ਕਾਨਾ ਜਦੋਂ ਲੋਕਾਂ ਨੂੰ ਪਤਾ ਲੱਗੇਗਾ ਗਰੀਬਾਂ ਨੂੰ ਆਮ ਲੋਕਾਂ ਨੂੰ ਹੋਰ ਵੱਡਿਆਂ ਨੂੰ ਅਮੀਰਾਂ ਨੂੰ ਗਰੀਬਾਂ ਨੂੰ ਆਮ ਪਬਲਿਕ ਨੂੰ ਪਤਾ ਲੱਗੇਗਾ ਇਸ ਗੱਲ ਦਾ ਮੇਰੇ ਤੇ ਕਪਾਏ ਕੋ ਹਮ ਟੈਗ ਲਿਆ ਵਹ ਉਹਨਾਂ ਦੇ ਘਰ ਕੋਈ ਮਰਿਆ ਕਰੇਗਾ ਉਸ ਚੁੱਕ ਕੇ ਗੁਰੂ ਘਰ ਲਿਆਇਆ ਕਰਨਗੇ ਮਹਾਰਾਜ ਸਾਡੇ ਬੱਚੇ ਨੂੰ ਜਿੰਦਾ ਕਰੋ ਸਾਡੇ ਬੰਦੇ ਨੂੰ ਜਿੰਦਾ ਕਰੋ ਕੋਈ ਆਪਣੇ ਤੀਨੋਂ ਕੋਈ ਪੁੱਤ ਨੂੰ ਕੋਈ ਭਰਾ ਨੂੰ ਕੋਈ ਭੈਣ ਨੂੰ ਚੁੱਕ ਕੇ ਲਿਆਏਗਾ ਕਿਉਂਕਿ ਦੁਨੀਆ ਤਾਂ ਰੋਜ਼ ਮਰਦੀ ਹੈ ਥਾਂ ਥਾਂ ਤੇ ਪਿੰਡਾਂ ਸ਼ਹਿਰਾਂ 'ਚ ਰੋਜ਼ ਮੌਤਾਂ ਹੁੰਦੀਆਂ ਲੋਕ ਆਪਣੇ ਮਰੇ ਹੋਏ ਬੰਦੇ ਚੁੱਕ ਕੇ ਲਿਆਇਆ ਕਰਨਗੇ ਤੇ ਸਾਡੇ ਬੁਹੇ ਤੇ ਪਾ ਦਿਆ ਕਰਨਗੇ ਵੀ ਇਹਨਾਂ ਨੂੰ ਜਿੰਦਾ ਕਰੋ ਕਰਹ ਜਾਚਨਾ ਜਥਾ ਜਵਾਬ ਹੈ ਹਾਂ ਇਹ ਹੀ ਕਹਿਣਗੇ ਵੀ ਗੁਰੂ ਸਾਹਿਬ ਜਿੰਦਾ ਕਰੋ ਤੁਸੀਂ ਗਊ ਜਿੰਦਾ ਕੀਤੀ ਹੈ ਤੇ ਹੌਣ ਸਾਡਾ ਬੱਚਾ ਜਿੰਦਾ ਕਰੋ ਸਾਡਾ ਬੰਦਾ ਜਿੰਦਾ ਕਰੋ ਹਾਂਜੀ ਸ਼ਾਹ ਆਦ ਸਭ ਹਿੰ ਜਗ ਮਰਨਾ ਕਿਉਂਕਿ ਇਹ ਦੁਨੀਆ ਜਿਹੜੀ ਹੈ ਨਾ ਇੱਥੇ ਜੋ ਵੀ ਆਇਆ ਉਹਨੇ ਮਰਨਾ ਬਾਦਸ਼ਾਹ ਦੇ ਘਰ ਵੀ ਮੌਤ ਹੁੰਦੀ ਹੈ ਰਾਜਿਆਂ ਮਹਾਰਾਜਿਆਂ ਦੇ ਘਰਾਂ 'ਚ ਵੀ ਮੌਤ ਹੁੰਦੀ ਹੈ ਨਵਾਬਾਂ ਖਾਨਾਂ ਬਹਾਦਰਾਂ ਦੇ ਘਰ 'ਚ ਮੌਤ ਹੁੰਦੀ ਹੈ ਬਾਦਸ਼ਾਹ ਸ਼ਾਹ ਵਪਾਰੀ ਮਰਨਾ ਜੋ ਦੀ ਸੈ ਸੋ ਕਾਲੈ ਕਰਨਾ ਜੋ ਵੀ ਦੁਨੀਆ ਤੇ ਪੈਦਾ ਹੋਇਆ ਉਹਨੂੰ ਕਾਲ ਲੈ ਹੀ ਜਾਂਦਾ ਰਾਜੇ ਵੀ ਮਰਦੇ ਨੇ ਮਹਾਰਾਜੇ ਮਰਦੇ ਨੇ ਬਾਦਸ਼ਾਹ ਮਰਦੇ ਉਹਨਾਂ ਦੇ ਘਰ ਉਹਨਾਂ ਦੇ ਬੱਚੇ ਮਰ ਜਾਂਦੇ ਨੇ ਕਈ ਵਾਰੀ ਹਾਂਜੀ ਨਦੀ ਪ੍ਰਵਾਹ ਜਿਹਾ ਥਾ ਇਹੋ ਥਿਰਨਾ ਇਹ ਜਿਹੜਾ ਸੰਸਾਰ ਹੈ ਇਹ ਤਾਂ ਨਦੀ ਦਾ ਪ੍ਰਵਾਹ ਹੈ ਪਿੱਛੋਂ ਪਾਣੀ ਆ ਰਿਹਾ ਅੱਗੇ ਜਾ ਰਿਹਾ ਰੁਕਿਆ ਤਾਂ ਨਹੀਂ ਕਦੀ ਦਰਿਆ ਦਾ ਪਾਣੀ ਪਿੱਛੋਂ ਆ ਹੀ ਜਾਂਦਾ ਅੱਗੇ ਜਾਈ ਜਾਂਦਾ ਤੇ ਕਿਤੇ ਕਿਤੇ ਵੀ ਨਹੀਂ ਲਗਾਤਾਰ ਧਰੀ ਜਾਂਦਾ ਹਜ਼ਾਰਾਂ ਲੱਖਾਂ ਮੀਲ ਇਸੇ ਤਰ੍ਹਾਂ ਇਹ ਸੰਸਾਰ ਕਦੋਂ ਤੋਂ ਹੈ ਕਿੱਥੋਂ ਤੱਕ ਕੋਈ ਪਤਾ ਨਹੀਂ ਚੱਲ ਰਿਹਾ ਐ ਇਸੇ ਧਰਤੀ ਤੇ ਸਾਡੇ ਦਾਦਕੇ ਸਨ ਦਾਦੇ ਦੇ ਦਾਦਾ ਜੀ ਦਾਦੇ ਦੇ ਦਾਦਾ ਜੀ ਉਹ ਵੀ ਹਲਵਾ ਕੇ ਚਲੇ ਗਿਆ ਸੀ ਵਾ ਕੇ ਚਲੇ ਗਿਆ ਗਾਂ ਸਾਡੇ ਪੋਤੇ ਪੋਤੇ ਗਾਂ ਦੀ ਪੋਲੋਤੇ ਇਦਾਂ ਇਹ ਸੰਸਾਰ ਹੈ ਨਦੀ ਦੇ ਪ੍ਰਵਾਹ ਤਰ੍ਹਾਂ ਇਹ ਤਾਂ ਚੱਲਦਾ ਰਹਿੰਦਾ ਕੋਈ ਟਿਕਿਆ ਥੋੜਾ ਕੋਈ ਵੀ ਸਦਾ ਇੱਥੇ ਰਿਹਾ ਨਹੀਂ ਸੇਖ ਹਿਆਤੀ ਜਗ ਨਾ ਕੋਈ ਥਿਰ ਰਹਾ ਜਿਸ ਆਸਣ ਹਮ ਬੈਠੇ ਕੇਤੇ ਬੈਸ ਗਿਆ ਕੌਣ ਕੌਣ ਕੋ ਹਮ ਜੀਵਾਵੈ ਮਹਾਰਾਜ ਕਹਿੰਦੇ ਕਿਨੂ ਕਿਨੂ ਅਸੀਂ ਜਿੰਦਾ ਕਰਾਂਗੇ ਦੁਨੀਆ ਦੇ ਮਰਦੀ ਰਹਿਣੀ ਹੈ ਇਹਦੇ ਕਹਦੇ ਬੱਚੇ ਜਿੰਦੇ ਕਰਾਂਗੇ ਕਿਸ ਕੀ ਬੈ ਦੇ ਕਿਸ ਹ ਉਠਾਵੈ ਆਹ ਕਿਹਦੀ ਉਮਰ ਕਿਨੂ ਦੇਾਂਗੇ ਲੋਕ ਮਰਨਗੇ ਕਹਿਣਗੇ ਸਾਡਾ ਬੱਚਾ ਜਿੰਦਾ ਕਰੋ ਹੁਣ ਉਹਦੀ ਥਾਂ ਤੇ ਕੌਣ ਮਰੇਗਾ ਰੋਜ਼ ਕਿਉਂਕਿ ਜਿਹੜੇ ਜਿਹੜੀ ਕਿਸੇ ਦੀ ਉਮਰ ਹੈ ਪੂਰੀ ਹੋ ਗਈ ਉਹਨੂੰ ਕਿਸੇ ਦੀ ਉਮਰ ਦੇਣੀ ਪੈਂਦੀ ਹੈ ਜਿਹੜੀ ਉਮਰ ਕਿਸੇ ਦੀ ਪੂਰੀ ਹੋ ਗਈ ਸਵਾਸ ਪੂਰੇ ਹੋ ਗਏ ਹੁਣ ਉਹਦੇ ਚ ਸਵਾਸ ਪਾਣੇ ਕਿਸੇ ਦੂਜੇ ਚੋਂ ਕੱਢ ਕੇ ਪਾਵਾਂਗੇ ਉਹਨੂੰ ਮਾਰਾਂਗੇ ਉਹਨੂੰ ਜਿੰਦਾ ਕਰਾਂਗੇ ਕਿੰਨਿਆਂ ਨੂੰ ਮਾਰਾਂਗੇ ਕਿੰਨਿਆਂ ਨੂੰ ਜਿਵਾਵਾਂਗੇ ਜਿਹੜਾ ਕੰਮ ਪਰਮੇਸ਼ਰ ਦਾ ਵਾਹਿਗੁਰੂ ਦਾ ਹੈ ਨਿਰੰਕਾਰ ਦਾ ਹੈ ਉਹਨੂੰ ਅਸੀਂ ਕਰਾਂਗੇ ਫਿਰ ਹਾਂਜੀ ਇਸ ਕੋਈ ਕੁਝ ਯਤਨ ਵਿਚਾਰਾ ਹਾਂ ਇਹਦਾ ਵੀ ਕੋਈ ਯਤਨ ਸੋਚ ਲੈਣਾ ਸੀ ਗਊ ਜਿੰਦਾ ਕਰਨ ਤੋਂ ਪਹਿਲਾਂ ਸੋਚਣਾ ਸੀਗਾ ਵੀ ਜਿਹੜਾ ਕੰਮ ਕਰਨ ਲੱਗੇ ਆ ਇਹ ਇਹਦਾ ਕੀ ਪਿਆ ਪਵੇਗਾ ਕਹਿੰਦੇ ਨਾ ਪੰਜਾਬੀ ਵਿੱਚ ਕਹਿੰਦੇ ਸਹੇ ਦੀ ਗੱਲ ਨਹੀਂ ਹੁੰਦੀ ਜੱਟ ਦੇ ਖੇਤ ਚੋਂ ਸਹੇ ਲੰਘ ਗਿਆ ਉਹ ਡਾਂਗ ਚੁੱਕੀ ਫਿਰੇ ਕਿਸੇ ਨੇ ਆਖਿਆ ਵੀ ਸਹੇ ਲੰਘ ਗਿਆ ਲੰਘ ਗਿਆ ਹੁਣ ਤੂੰ ਕਿਉਂ ਇੱਥੇ ਡਾਂਗ ਲਾ ਕੇ ਖੜਾ ਹੈ ਉਹ ਕਹਿੰਦਾ ਸਹੇ ਦੀ ਨਹੀਂ ਗੱਲ ਪਈਦੀ ਹੈ ਵੀ ਇੱਥੇ ਹੋਰ ਵੀ ਲੰਘਣਗੇ ਜੇ ਅੱਜ ਗਊ ਜਿੰਦਾ ਕੀਤੀ ਹੈ ਕੱਲ ਨੂੰ ਹੋਰ ਕੋਈ ਲੈ ਆ ਕੇ ਬੰਦਾ ਰੱਖਣਗੇ ਸਾਡਾ ਬੱਚਾ ਜਿੰਦਾ ਕਰੋ ਉਹਨੂੰ ਜਿੰਦਾ ਕਰੋਗੇ ਫਿਰ ਹੋਰ ਲੈ ਕੇ ਆਉਣਗੇ ਫੇਰ ਤਾਂ ਕੀਰਤਪੁਰ ਸਾਹਿਬ ਮੁਰਦੇ ਜਵਾਨ ਦਾ ਕੰਮ ਨੇ ਭਗਤੀ ਸਿਮਰਨ ਪਰਮੇਸ਼ਰ ਦੀ ਪ੍ਰਾਪਤੀ ਆਤਮ ਗਿਆਨ ਬ੍ਰਹਮ ਗਿਆਨ ਉਹ ਕੌਣ ਕਰੇਗਾ ਹਾਂਜੀ ਲਿਓ ਵਿਚਾਰਤਾ ਕਰੋ ਉਚਾਰਾ ਜੇ ਤੁਸੀਂ ਵਿਚਾਰਿਆ ਤਾਂ ਦੱਸੋ ਤੁਸੀਂ ਵਿਚਾਰ ਨਹੀਂ ਕੀਤੀ ਗੁਰਦਿੱਤਾ ਜੀ ਤੁਸੀਂ ਬਿਨਾਂ ਵਿਚਾਰਿਆ ਇੰਨੀ ਛੇਤੀ ਗਊ ਜਿੰਦਾ ਕਰ ਦਿੱਤੀ ਇਹਦੇ ਇਹਦੇ ਨਤੀਜੇ ਕੀ ਹੋਣਗੇ ਆਉਣ ਵਾਲੇ ਭਵਿੱਖ ਦੇ ਵਿੱਚ ਇਹਦਾ ਕੀ ਰਿਜ਼ਲਟ ਹੋਵੇਗਾ ਤੁਸੀਂ ਨਹੀਂ ਸੋਚਿਆ ਜੇ એમ ਕਰਨੀ ਹੀ ਮਨ ਪਾਵਾਂ ਮਹਾਰਾਜ ਜਿਵੇਂ ਪਾਤਸ਼ਾਹ ਕਹਿੰਦੇ ਪੁੱਤਰ ਜੇ ਇਦਾਂ ਹੀ ਕਰਨਾ ਸੀ ਹਮਰੇ ਅਛਤ ਹਟਿਓ ਨਾ ਜਾਵਾ ਜੇ ਤੁਹਾਡੇ ਕੋਲ ਤੁਸੀਂ ਇਦਾਂ ਹੀ ਕਰਨਾ ਤੁਸੀਂ ਹਟਣਾ ਹੀ ਨਹੀਂ ਸਾਡੇ ਹੁੰਦਿਆਂ ਹੀ ਤੁਸੀਂ ਕਰਾਮਾਤਾਂ ਸ਼ਕਤੀਆਂ ਦਿਖਾਣੀਆਂ ਸ਼ੁਰੂ ਕਰਤੀਆਂ ਨੇ ਤੁਸੀਂ ਲੋਕਾਂ ਨੂੰ ਜਿੰਦੇ ਕਰਨਾ ਹੈ ਤਾਂ ਇੱਕ ਮਿਆਨ ਝਗਮ ਸ਼ਮਸ਼ੇਰ ਤਾਂ ਫਿਰ ਸੁਣ ਲਓ ਇੱਕ ਮਿਆਨ ਚ ਦੋ ਤਲਵਾਰਾਂ ਨਹੀਂ ਪੈਂਦੀਆਂ ਜਿਵੇਂ ਪਾਤਸ਼ਾਹ ਮਾਲਕ ਕਹਿੰਦੇ ਇੱਕ ਮਿਆਨ ਵਿੱਚ ਦੋ ਤਲਵਾਰਾਂ ਨਹੀਂ ਪੈਂਦੀਆਂ ਅਸੀਂ ਗੱਦੀ ਤੇ ਬੈਠੇ ਆ ਤੇ ਤੁਸੀਂ ਆਪਣੀਆਂ ਕਰਾਮਾਤਾਂ ਸ਼ਕਤੀਆਂ ਦਿਖਾ ਕੇ ਲੋਕਾਂ ਨੂੰ ਮਗਰ ਲਾਣ ਲੱਗ ਪਏ ਹੋ ਗੁਰੂ ਦੇ ਭਾਣੇ ਦੀ ਇਹ ਵਗਿਆ ਉਲੰਘਣਾ ਕਰ ਰਹੇ ਹੋ ਇਹ ਕੰਮ ਨਹੀਂ ਹੋ ਸਕਦਾ ਮੈਂ ਨਾ ਸਕੈ ਸਮਝ ਲੇ ਹੋ ਹੀਰ ਆ ਦੋ ਤਲਵਾਰਾਂ ਮਿਆਨ ਚ ਨਹੀਂ ਸਮਾ ਸਕਦੀਆਂ ਇਹ ਗੱਲ ਫੇਰ ਸਮਝ ਲਓ ਚੰਗੀ ਤਰ੍ਹਾਂ ਸਮਝ ਲਓ ਜੇ ਤੁਮ ਰਹੋ ਤਾਂ ਹਮ ਤਜ ਪ੍ਰਾਨਾ ਇਦਾਂ ਕਰੋ ਤੁਸੀਂ ਸੰਭਾਲੋ ਹੁਣ ਗੁਰੂ ਘਰ ਦਾ ਸਾਰਾ ਕੰਮ ਅਸੀਂ ਇਹ ਸਰੀਰ ਇਹ ਚੋਲਾ ਛੱਡ ਕੇ ਸੱਚਖੰਡ ਚਲੇ ਜਾਂਦੇ ਹਾਂ ਅਮ ਜੇ ਰਹਿ ਤਮ ਕਰੋ ਪਿਆਨਾ ਤੇ ਜਾ ਅਸੀਂ ਰਹਿਨੇ ਆ ਤੁਸੀਂ ਚਲੇ ਜਾਓ ਇਸ ਬਿਦ ਕਰੇ ਬਿਨਾ ਨਹਿ ਬਨਾ ਇਸ ਤੋਂ ਬਿਨਾ ਨਹੀਂ ਕੁਝ ਹੋ ਸਕਦਾ ਸਾਧ ਸੰਗਤ ਜੀ ਆ ਲੱਖਾਂ ਦੁਨੀਆ ਦੇ ਗੁਰੂ ਬਣੇ ਹਨ ਅੱਜ ਗੁਰੂ ਮਹਾਰਾਜ ਦੇ ਚੋਲੇ ਪਾ ਕੇ ਵੀ ਬਣੇ ਹਨ ਗੁਰੂ ਮਹਾਰਾਜ ਦੀਆਂ ਰੀਸਾਂ ਕਰਦੇ ਹਨ ਸਤਿਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਵਰਗੇ ਗੁਰੂ ਦੁਨੀਆ ਤੇ ਨਾ ਪਹਿਲਾ ਹੋਏ ਨਾ ਬਾਅਦ ਵਿੱਚ ਹੋ ਸਕਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੋ ਆਪਣੇ ਅਸੂਲ ਆਪਣੀ ਮਰਜ਼ਾ ਦਾ ਪਿੱਛੇ ਆਪਣੇ ਪੁੱਤਰ ਨੂੰ ਇੰਨੀ ਗੱਲ ਕਹਿ ਦੇਣੀ ਜਵਾਨ ਪੁੱਤਰ ਨੂੰ ਪਿਆਰਾ ਪੁੱਤਰ ਸਭ ਤੋਂ ਬਾਬਾ ਗੁਰਦਿੱਤਾ ਨਾਲ ਛੇਵੇਂ ਪਾਸ਼ਾ ਬਹੁਤ ਪਿਆਰ ਕਰਦੇ ਸੀ ਵੱਡੇ ਪੁੱਤਰ ਨਾਲ ਕੁਦਰਤ ਹੀ ਹੁੰਦਾ ਕਿਉਂਕਿ ਸਾਰੇ ਘਰ ਦੀ ਜ਼ਿੰਮੇਵਾਰੀ ਉਹਦੀ ਹੁੰਦੀ ਹੈ ਵੱਡੇ ਪੁੱਤਰ 'ਚ ਮਾਪਿਆਂ ਦੀ ਜਾਨ ਹੁੰਦੀ ਹੈ ਪੁੱਤਰ ਤਾਂ ਸਾਰੇ ਪਿਆਰੇ ਹੁੰਦੇ ਛੋਟੇ ਵੀ ਵਿਚਕਾਰਲੇ ਵੀ ਪਰ ਵੱਡਾ ਜਿਹੜਾ ਹੁੰਦਾ ਉਹਦਾ ਉਹਦੀ ਉਹਦਾ ਮੁੱਲ ਵੱਖਰਾ ਹੁੰਦਾ ਉਹਦੀ ਅਹਿਮੀਅਤ ਪਹਿਲਾਂ ਜੀ ਹੁੰਦਾ ਕਰਦਾਓ ਤੇ ਬਾਬਾ ਗੁਰਦਤਾ ਜੀ ਦੇ ਰੂਪ ਰੰਗ ਚੇਨ ਚੱਕਰ ਇਤਨੇ ਸਨ ਵੀ ਲੋਕ ਇਦਾਂ ਸਮਝਦੇ ਸੀ ਵੀ ਜਿਵੇਂ ਛੇਵੇਂ ਪਾਤਸ਼ਾਹ ਹੀ ਆ ਗਏ ਹੋਣ ਉਹਨਾਂ ਦਾ ਜਾਹੋ ਜਲਾਰ ਇੰਨਾ ਸੀ ਇਹ ਵੀ ਲੋਕ ਸੋਚਦੇ ਸਨ ਵੀ ਸਤਗੁਰਾਂ ਤੋਂ ਬਾਅਦ ਇਹੀ ਗੁਰਤਾ ਗੱਦੀ ਤੇ ਬੈਠਣਗੇ ਬਾਬਾ ਗੁਰਦਤਾ ਜੀ ਬਾਰੇ ਇਹੀ ਲੋਕਾਂ ਦੇ ਮਨਾਂ ਵਿੱਚ ਸੀ ਸੰਗਤਾਂ ਦੇ ਵੀ ਗੁਰਤਾ ਗੱਦੀ ਸਾਹਮਣੇ ਜੋਗੇ ਇਹ ਹਨ ਪੂਰੇ ਹਨ ਮਹਾਂਪੁਰਸ਼ ਤੇ ਹਰ ਤਰ੍ਹਾਂ ਨਾਲ ਪੂਰੇ ਸਨ ਉਹਨਾਂ ਨੂੰ ਇਹ ਕਹਿ ਦੇਣਾ ਕਿ ਪੁੱਤਰ ਜਾਂ ਅਸੀਂ ਚੋਲਾ ਛੱਡਦੇ ਹਾਂ ਜਾਂ ਤੁਸੀਂ ਚੋਲਾ ਛੱਡੋ ਇਹ ਗੁਰੂ ਹਰਗੋਬਿੰਦ ਸਾਹਿਬ ਵਰਗਾ ਗੁਰੂ ਹੀ ਕਰ ਸਕਦਾ ਹੈ ਕੱਚੇ ਪਿੱਲੇ ਦੇਹਤਾਰੇ ਗੁਰੂ ਬੜੇ ਬਣੇ ਫਿਰਦੇ ਸੰਸਾਰ ਦੇ ਵਿੱਚ ਸਾਧ ਸੰਗਤ ਜੀ ਪਰ ਇਹ মোহ ਮਾਇਆ ਦੀਆਂ ਕੰਧਾਂ ਤੋੜਨੀਆਂ ਬਹੁਤ ਔਖੀਆਂ ਬਹੁਤ ਔਖੀਆਂ ਨੇ ਸਤਿਗੁਰੂ ਕਹਿੰਦੇ ਦੇਖ ਪੁੱਤਰ ਹੁਣ ਉਸ ਗਊ ਦੀ ਥਾਂ ਤੇ ਤੁਸੀਂ ਜਾਓ ਜਾਂ ਅਸੀਂ ਜਾਂਨੇ ਆ ਇੱਕ ਰੱਖ ਹੈ ਇੱਕ ਤਿਆਗ ਹੈ ਤਨ ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੱਕ ਰੱਖ ਹੈ ਇੱਕ ਤਿਆਗ ਹੈ ਤਨ ਜਾਂ ਤੁਸੀਂ ਸ੍ਰੀ ਰੱਖ ਲਓ ਅਸੀਂ ਤਿਆਗ ਦਿੰਨੇ ਆ ਜਾਂ ਅਸੀਂ ਰੱਖ ਲੈਨੇ ਆ ਤੇ ਤੁਸੀਂ ਤਿਆਗ ਦਿਓ ਇਦਾਂ ਇੱਕ ਨੂੰ ਤਾਂ ਜਾਣਾ ਪੈਣਾ ਹੋਣਾ ਹਾਂਜੀ ਸ਼੍ਰੀ ਗੁਰਦੇਵ ਦਿੱਤੇ ਦੁਆ ਕਰ ਬੰਦ ਬਾਬਾ ਗੁਰਦੇਤਾ ਸਾਹਿਬ ਜੀ ਆਪਣੇ ਪਿਤਾ ਛੇਵੇਂ ਪਾਤਸ਼ਾਹ ਮਹਾਰਾਜ ਦੇ ਬਚਨ ਸੁਣਦੇ ਖੜੇ ਹੋਏ ਦੋਵੇਂ ਹੱਥ ਜੁੜੇ ਹੋਏ ਹਨ ਹੋਤੋਂ ਨ ਹਰਖ ਨਾ ਸ਼ੋਕ ਬਿਲੰਦ ਅੰਦਰ ਬ੍ਰਹਮ ਗਿਆਨੀ ਸਨ ਬਾਬਾ ਗੁਰਦੇਤਾ ਪੂਰਨ ਜੋਤ ਸਰੂਪ ਸਨ ਕੋਈ ਵੀ ਦੇ ਅਧਿਆਸ ਨਹੀਂ ਸੀਗਾ ਸਾਰਾ ਮਸਲਾ ਤਾਂ ਦੇਹ ਇਤਿਹਾਸ ਦਾ ਹੀ ਹੈ ਉਹਨਾਂ ਦੇ ਹੈ ਨਹੀਂ ਸੀ ਜੋਤ ਸਰੂਪ ਸਨ ਨਾ ਹਰਖ ਸੀ ਨਾ ਸੋਗ ਸੀ ਨਾ ਖੁਸ਼ੀ ਸੀ ਨਾ ਗਮੀ ਸੀ ਨਾ ਜੀਵਨ ਕੀ ਚਿੰਤਾ ਨਹੀਂ ਮਰਨਾਂ ਕੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ ਮੌਤ ਦੀ ਚਿੰਤਾ ਕੋਈ ਨਹੀਂ ਜੀਉਣ ਦੀ ਆਸ ਕੋਈ ਨਹੀਂ ਇਹ ਬ੍ਰਹਮ ਗਿਆਨੀ ਮਹਾਪੁਰਸ਼ ਦਾ ਇੱਕ ਲੱਛਣ ਹੁੰਦਾ ਵੈਸੇ ਤਾਂ ਮਹਾਪੁਰਸ਼ ਦੇ ਬ੍ਰਹਮ ਗਿਆਨੀ ਦੇ ਬਹੁਤ ਲੱਛਣ ਹੁੰਦੇ ਪਰ ਇੱਕ ਇਹ ਵੀ ਹੁੰਦਾ ਉਹਨੂੰ ਮੌਤ ਦਾ ਭੈ ਨਹੀਂ ਹੁੰਦਾ ਅਜ ਮਰਦੇ ਹੁਣ ਮਰਦੇ ਇੱਕ ਸਕਿੰਟ ਵਿੱਚ ਤਿਆਰੀ ਉਸੇ ਵੇਲੇ ਤਿਆਰ ਹੁੰਦਾ ਕਿਉਂਕਿ ਉਹਨੇ ਉਹਨੂੰ ਪਤਾ ਹੁੰਦਾ ਮਰਨਾ ਕੁਝ ਵੀ ਨਹੀਂ ਕੌਣ ਮੂਆਰੇ ਕੌਣ ਮੂਆ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਇਹ ਤਾਂ ਚਲਤ ਪੈ ਇਹਦਾ ਕੌਤਕ ਹੈ ਇੱਕ ਚੋਲਾ ਲਾ ਕੇ ਤੇ ਦੂਜਾ ਪਾ ਲੈਂਦੇ ਅਸੀਂ ਆਪਣੇ ਦੇਸ਼ ਚਲੇ ਜਾਣਾ ਪ੍ਰੀਤਮ ਦਾ ਦੇਸ਼ ਜੋਤ ਨੇ ਜਿੱਥੋਂ ਆਈ ਹੈ ਜਿੱਥੇ ਜੋਤ ਪਹੁੰਚ ਜਾਣਾ ਇਸ ਕਰਕੇ ਬਾਬਾ ਜੀ ਬੜੇ ਪ੍ਰੇਮ ਨਾਲ ਆਪਣੇ ਪਿਤਾ ਜੀ ਦੇ ਬਚਨ ਸੁਣੀ ਜਾਂਦੇ ਹੱਥ ਜੋੜ ਕੇ ਖੜੇ ਹਨ ਇੱਕ ਰਸ ਬ੍ਰਿਤੀ ਜਨ ਹੋ ਕੀ ਅਹ ਬਾਬਾ ਗੁਰੂ ਦਿੱਤਾ ਇੱਕ ਰਸ ਬ੍ਰਿਤੀ ਸਮਾਨ ਬ੍ਰਿਤੀ ਹੈ ਬ੍ਰਹਮ ਗਿਆਨ ਦ੍ਰਿੜਤਾ ਚਤਰਹ ਦ੍ਰਿੜ ਬ੍ਰਹਮ ਗਿਆਨ ਹੈ ਜਿਹੜੇ ਹਰ ਵੇਲੇ ਇੱਕੋ ਜੀ ਬ੍ਰਿਤੀ ਰਹਿਣੀ ਹੈ ਇਹਨੂੰ ਦ੍ਰਿੜ ਬ੍ਰਹਮ ਗਿਆਨ ਕਹਿੰਦੇ ਅਪ੍ਰੋਕਸ਼ ਬ੍ਰਹਮ ਗਿਆਨ ਕਹਿੰਦੇ ਹਾਂਜੀ ਸ਼ੇਰੀ ਸਾਤ ਗੁਰੂ ਪਿਤਾ ਸਮਰਥ ਸਤਿਗੁਰੂ ਮਹਾਰਾਜ ਛੇਵੇਂ ਪਾਤਸ਼ਾਹ ਜੀ ਪਿਤਾ ਜੀ ਭੰਜਨ ਕੜਨ ਸਕਲ ਜਨ ਹਾਥ ਜਿਨ੍ਹਾਂ ਦੇ ਹੱਥ ਵਿੱਚ ਸਾਰੀ ਪਾਵਰ ਭੰਨਨ ਕੜਨ ਸਮਰਾਥਨ ਸਤਿਗੁਰੂ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਬਚਨ ਅਮੋਰਜਨ ਹੋ ਕੇ ਸਦਾ ਜਿਨ੍ਹਾਂ ਦੇ ਬੋਲ ਅਨਮੋੜ ਹਨ ਕੋਈ 모ੜ ਨਹੀਂ ਸਕਦਾ ਉਹਨਾਂ ਦੇ ਰਚਨਾ ਦੇ ਬੋਲਾਂ ਨੂੰ ਇਸ ਧਰਤੀ ਤੇ ਦਾ ਕੋਈ ਤਾਕਤ ਹੈ ਹੀ ਨਹੀਂ ਵੀ ਮੋੜ ਦਵੇ ਦੇਵ ਲੋਕ ਵਿੱਚ ਕੋਈ ਦੇਵੀ ਦੇਵਤਾ ਵੀ ਨਹੀਂ ਮੋੜ ਸਕਦਾ ਉਨਾ ਦਾ ਬਚਨ ਤੇ ਅਕਾਲ ਪੁਰਖ ਵੀ ਨਹੀਂ ਮੋੜ ਸਕਦਾ ਕਿਉਂਕਿ ਜਾਕਾ ਕਹਿਆ ਦਰਗਾਹ ਚਲੇ ਸੋ ਕਿਸ ਕੋ ਨਦਰ ਲਿਆ ਬੈਤਨ ਉਹ ਆਪ ਪਰਮੇਸ਼ਰ ਅਹੰਕਾਰ ਦਾ ਰੂਪ ਹਨ ਗੁਰੂ ਹਰਗੋਬਿੰਦ ਸਾਹਿਬ ਮੇਰੀ ਪੀਰੀ ਦੇ ਮਾਲਕ ਬ੍ਰਹਮ ਅਸਤਰ ਜਿਵੇਂ ਮਟ ਹੈ ਨਾ ਕਦਾ ਜਿਵੇਂ ਬ੍ਰਹਮ ਅਸਤਰ ਚੱਲਿਆ ਹੋਵੇ ਉਹਦਾ ਵਾਰ ਰੁਕਦਾ ਨਹੀਂ ਜਿਹੜੇ ਪੁਰਾਣੇ ਜ਼ਮਾਨੇ ਦੇ ਤੀਰ ਹੁੰਦੇ ਸੀ ਸ਼ਸਤਰ ਹੁੰਦੇ ਸੀ ਉਹਨਾਂ ਚ ਬਹੁਤ ਪ੍ਰਕਾਰ ਦੇ ਸ਼ਸਤਰ ਹੁੰਦੇ ਸੀ ਇੱਕ ਸ਼ਸਤਰ ਉਹਨੂੰ ਬ੍ਰਹਮਾਸਤਰ ਕਹਿੰਦੇ ਸਨ ਜਦੋਂ ਉਹ ਚੱਲ ਜਾਂਦਾ ਸੀ ਬਹੁਤ ਤਬਾਹੀ ਜਿਵੇਂ ਅੱਜ ਕੱਲ ਐਟਮ ਬੰਬ ਹੈ ਨਾ ਕਹਿੰਦੇ ਵੀ ਐਟਮ ਬੰਬ ਪੈ ਜਾਵੇ ਤੇ ਤਬਾਹੀ ਹੋ ਜਾਂਦੀ ਹੈ ਜਾਪਾਨ ਤੇ ਜਿਵੇਂ ਹੋਈ ਸੀ ਇਦਾਂ ਉਹ ਬ੍ਰਹਮਾਸਤਰ ਜਦੋਂ ਚੱਲ ਜਾਂਦਾ ਉਹ ਫਿਰ ਉਹਨੂੰ ਰੋਕ ਨਹੀਂ ਸਕਦੇ ਕੋ ਗੁਰੂ ਹਰਗੋਬਿੰਦ ਸਾਹਿਬ ਦੀ ਰਸਨਾ ਹੀ ਬ੍ਰਹਮਾਸਤਰ ਹੈ ਗੁਰੂ ਰਸਨਾ ਅੰਮ੍ਰਿਤ ਬੋਲ ਦੀ ਜੋ ਬੋਲ ਮਹਾਰਾਜ ਦੀ ਰਸਨਾ ਛੇਵੇਂ ਪਾਤਸ਼ਾਹ ਜੀ ਦੇ ਨਿਕਲ ਜਾਂਦੇ ਆ ਦੁਨੀਆ ਦੀ ਕੋਈ ਤਾਕਤ ਸਤਿਗੁਰਾਂ ਦੇ ਬੋਲਾਂ ਨੂੰ ਕੱਟ ਨਹੀਂ ਸਕਦੀ ਬਿਨ ਸੰਸੈ ਮਾਨਿਓ ਹੀ ਬਨਾ ਬਾਬਾ ਗੁਰਦੇਤਾ ਹੀ ਸੋਚਦੇ ਇਹ ਤਾਂ ਪਰਮੇਸ਼ਰ ਪਿਤਾ ਜੀ ਬੋਲ ਰਹੇ ਨੇ ਇਹਨਾਂ ਦਾ ਬਚਨ ਮੰਨਣਾ ਹੀ ਬਣਦਾ ਇਹਨਾਂ ਦੇ ਬਚਨ ਨੂੰ ਟਾਲਣਾ ਚੰਗੀ ਗੱਲ ਨਹੀਂ ਹੈ ਇਸ ਮਹ ਭਲੋ ਆਪਨੋ ਜਨ ਇਹਦੇ ਵਿੱਚ ਸਾਡਾ ਭਲਾ ਇਹਦੇ ਵਿੱਚ ਸਾਡੀ ਆਤਮਾ ਦਾ ਕਲਿਆਣ ਹੈ ਦੇਖੋ ਸਾਧ ਸੰਗਤ ਜੀ ਗੁਰੂ ਦੇ ਬਚਨਾਂ ਤੇ ਜਾਨਵਾਰ ਦੇਣੀ ਤੇ ਫਿਰ ਆਪਣਾ ਭਲਾ ਮੰਨਣਾ ਇਹ ਗੁਰਸਿੱਖੀ ਦੀ ਬਰੀਕੀ ਹੈ ਅਸੀਂ ਕਿੱਥੇ ਖੜ੍ਹ ਸਕਦੇ ਹਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਸਕੂਲ ਵਿੱਚ ਅਸੀਂ ਤਾਂ ਪਹਿਲੀ ਕਲਾਸ 'ਚ ਹੀ ਫੇਰਿਆ ਪਹਿਲੇ ਦਿਨ ਨਵੜਨ ਜੋਗ ਗਈ ਨਹੀਂ ਤਨ ਬਾਬਾ ਗੁਰਦਿੱਤਾ ਜੀ ਕਹਿੰਦੇ ਵੀ ਬਚਨ ਮੰਨਣ ਵਿੱਚ ਹੀ ਮੇਰਾ ਭਲਾ ਹੈ। ਐਮ ਵਿਚਾਰ ਕਰ ਠਾਨੀ ਨਮੋ। ਇਸ ਤਰ੍ਹਾਂ ਵਿਚਾਰ ਕੇ ਪਿਤਾ ਜੀ ਦੇ ਚਰਨਾਂ 'ਚ ਮੱਥਾ ਟੇਕਿਆ। ਦੀਨ ਪਰਕਰਮਾ ਦੇਤਹਿ ਮਮੋ। ਮਹਾਰਾਜ ਛੇਵੇਂ ਪਾਤਸ਼ਾਹ ਦੇ ਗੁਰੂ ਹਰਗੋਬਿੰਦ ਸਾਹਿਬ ਦੇ ਪਲੰਘ ਦੀਆਂ ਤਿੰਨ ਪਰਕਰਮਾ ਕੀਤੀਆਂ। ਲਾਸਟ ਅਖੀਰਲੇ ਸਮੇਂ ਆਪਣੇ ਗੁਰਦੇਵ ਪਿਤਾ ਨੂੰ ਬੜੇ ਪ੍ਰੇਮ ਨਾਲ ਬਾਬਾ ਗੁਰਦਿੱਤਾ ਸਾਹਿਬ ਜੀ ਮੱਥਾ ਟੇਕਿਆ ਹੈ। ਔਰ ਸਤਗਰਾਨੀਆਂ ਪ੍ਰਕਰਮਾ ਕੀਤੀਆਂ ਹਨ ਤਰੇ ਮਾਨ ਕੋ ਕੀਨਸ ਪਿਆਨ ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅਖੀਰਲੇ ਦਰਸ਼ਨ ਕਰਕੇ ਚੁੱਪ ਚਪੀਤੇ ਧੁਰਪੇ ਹਨ ਛਰੀ ਧਰੀ ਕਰ ਖਰੀ ਮਹਾਨ ਇੱਕ ਛੜੀ ਜੀ ਹੱਥ ਚ ਰੱਖਦੇ ਹੁੰਦੇ ਸੀਗੇ ਉਹ ਹੱਥ ਵਿੱਚ ਫੜੀ ਹੋਈ ਹੈ ਕਿਹਸੋ ਮਿਲੇ ਨਾ ਬੋਲਨ ਕੀਨ ਕਿਸੇ ਨੂੰ ਮਿਲੇ ਨਹੀਂ ਬਾਬਾ ਗੁਰਦੇਤਾ ਜੀ ਤੇ ਕਿਸੇ ਨਾਲ ਬੋਲੇ ਨਹੀਂ ਅੱਗੇ ਤਾਂ ਸਾਰਿਆਂ ਦੇ ਵਿੱਚ ਬਹੁਤ ਹੱਸ ਕੇ ਵਚਨ ਕਰਨੇ ਸਦਾ ਹੀ ਪ੍ਰਸੰਨ ਚਿਤ ਰਹਿਣਾ ਸਾਰਿਆਂ ਨਾਲ ਖੁਸ਼ੀ ਨਾਲ ਵਰਤਣਾ ਸਭ ਨੂੰ ਮਿਲਣਾ ਬਹੁਤ ਪ੍ਰੇਮ ਕਰਦੇ ਸੰਗਤਾਂ ਬਹੁਤ ਸਤਿਕਾਰ ਕਰਦੀਆਂ ਸੀ ਗੁਰੂ ਦੀ ਫੌਜ ਦੇ ਸਾਰੇ ਜੋਧੇ ਬਹੁਤ ਸਤਿਕਾਰ ਕਰਦੇ ਸੀ ਬਾਬਾ ਬਿਧੀ ਚੰਦ ਜੀ ਵਰਗੇ ਗੁਰੂ ਘਰ ਦੇ ਮੁਖੀਏ ਸਿੱਖ ਸਾਰੇ ਬਾਬਾ ਗੁਰਦਿੱਤਾ ਜੀ ਦਾ ਸਤਿਕਾਰ ਕਰਦੇ ਸੀ ਅੱਜ ਬਾਬਾ ਜੀ ਕਿਸੇ ਨੂੰ ਮਿਲੇ ਨਹੀਂ ਪਿਤਾ ਗੁਰਦੇਵ ਦੇ ਦਰਸ਼ਨ ਕਰਕੇ ਤੁਰ ਪਏ ਹਨ ਚਲਨ ਪਰ ਲੋਕ ਬਿਖੇ ਚਿਤ ਦੀਨ ਹੁਣ ਸਤਖੰਡ ਚਲੀਏ ਪਿਤਾ ਜੀ ਦਾ ਬਚਨ ਇਸੇ ਵੇਲੇ ਹੀ ਪੂਰਾ ਕਰੀਏ ਜੋ ਮਗ ਮਿਲ ਹੈ ਚਲੇ ਜਹ ਸਮ ਜਦੋਂ ਆਪ ਜੀ ਗੁਰੂ ਕੇ ਮਹਿਲਾਂ ਤੋਂ ਗੁਰਦੁਆਰਾ ਸੀਸ ਮਹਿਲ ਤੋਂ ਨਿਕਲੇ ਹਨ ਜਿੱਧਰ ਅੱਜਕੱਲ ਡੇਰਾ ਬਾਬਾ ਗੁਰਦਿੱਤਾ ਸਾਹਿਬ ਜੀ ਦਾ ਗੁਰਦੁਆਰਾ ਹੈ ਉੱਪਰ ਪਹਾੜ ਦੇ ਉਸ ਰਸਤੇ ਤੁਰੇ ਜਾਂਦੇ ਆ ਰਸਤੇ 'ਚ ਜਿਹੜੀਆਂ ਸੰਗਤਾਂ ਮਿਲਦੀਆਂ ਹਨ ਹੱਥ ਜੋੜ ਨਰਠਾਨਤ ਨਮੋ ਸਾਰੇ ਲੋਕ ਹੱਥ ਜੋੜ ਕੇ ਦਨਮਸ਼ਕਾਰ ਕਰਦੇ ਜਦੋਂ ਜਿਹੜੀ ਗਲੀ 'ਚ ਵੀ ਬਾਬਾ ਜੀ ਲੰਘਿਆ ਕਰਦੇ ਸੀ ਸੰਗਤਾਂ ਕੰਮ ਛੱਡ ਕੇ ਖੜੀਆਂ ਹੋ ਜਾਂਦੀਆਂ ਸੀ ਮਹਾਰਾਜ ਦੇ ਸਹਿਬਜ਼ਾਦੇ ਆ ਰਹੇ ਵੱਡੇ ਆ ਰਹੇ ਬਾਬਾ ਜੀ ਬਾਬਾ ਗੁਰਦੇਤਾ ਜੀ ਦਾ ਸਤਕਾਰ ਸਤਿਗੁਰਾਂ ਦੇ ਸਮਾਨ ਹੀ ਹੁੰਦਾ ਸੀ ਜਿਵੇਂ ਛੇਵੇਂ ਪਾਤਸ਼ਾਹ ਜੀ ਮਹਾਰਾਜ ਦਾ ਸਤਕਾਰ ਕਰਦੀਆਂ ਸੀ ਸੰਗਤਾਂ ਉਹਦਾ ਹੀ ਵੱਡੇ ਸਹਿਬਜ਼ਾਦੇ ਦਾ ਸਤਕਾਰ ਹੁੰਦਾ ਸੀ ਜੋ ਕਿ ਬਹੁਤ ਹੀ ਲਿਆਕਤ ਵਾਲੇ ਬਹੁਤ ਹੀ ਗੁਣਾ ਵਾਲੇ ਸਨ ਅੱਜ ਤੱਕ ਪ੍ਰਸਿੱਧ ਹੈ ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ ਜੋ ਵਰਦ ਮੰਗਿਆ ਸੋ ਵਰ ਦਿੱਤਾ ਜੋ ਵੀ ਉਹਨਾਂ ਦੇ ਚਰਨਾਂ 'ਚ ਆ ਜਾਂਦਾ ਸੀ ਤੇ ਉਹ ਕਿਸੇ ਨੂੰ ਖਾਲੀ ਨਹੀਂ ਸੀ ਮੋੜਦੇ ਅੱਜ ਉਹਨਾਂ ਦਾ ਦਰਬਾਰ ਹੈ ਸਾਧ ਸੰਗਤ ਜੀ ਕੀਰਤਪੁਰ ਸਾਹਿਬ ਦਰਸ਼ਨ ਕਰੀਦੇ ਬਹੁਤ ਪ੍ਰਾਤਨ ਇੱਕੋ ਹੀ ਦੋ ਬਿਲਡਿੰਗਾਂ ਰਹਿ ਗਈਆਂ ਪੁਰਾਣੀਆਂ ਬਾਕੀ ਤਾਂ ਕਾਰ ਸੇਵਾ ਤੇ ਨਾਂ ਤੇ ਥੋੜਾ ਚਲਾ ਦਿੰਦੇ ਸਾਡੇ ਪੰਜਾਬੀ ਸਿੱਖ ਤਾ ਦਿੰਦੇ ਐ ਇੱਕ ਬਾਬੇ ਗੁਰਦੇ ਤੇਰਾ ਦਰਬਾਰ ਹੁਣ ਤਾਂ ਮੈਨੂੰ ਨਹੀਂ ਪਤਾ 5 ਕੇ ਸਾਲ ਪਹਿਲਾਂ 7 ਸਾਲ ਪਹਿਲਾਂ ਦਰਸ਼ਨ ਕੀਤੇ ਸੀ ਬਹੁਤ ਸੁੰਦਰ ਪ੍ਰਾਤਨ ਮਾਰੇ ਰਣਜੀਤ ਸਿੰਘ ਦੇ ਸਮੇਂ ਦਾ ਬਣਿਆ ਹੋਇਆ ਹੈ ਕਦੀ ਮੌਕਾ ਬਣੇ ਤੇ ਜਰੂਰ ਕੀਰਤਪੁਰ ਸਾਹਿਬ ਜਾ ਕੇ ਬਾਬੇ ਗੁਰਦੇ ਤੇ ਸਾਹਿਬ ਦੇ ਦਿਉਰੇ ਤੇ ਸਾਹਿਬ ਦੇ ਦਰਸ਼ਨ ਕਰੋ ਹਜ਼ਾਰਾਂ ਸੰਗਤਾਂ ਆਉਂਦੀਆਂ ਖੰਡ ਪਾਠਾਂ ਦੀਆਂ ਲੜੀਆਂ ਚੱਲਦੀਆਂ ਰਹਿੰਦੀਆਂ ਲੰਗਰ ਚੱਲਦੇ ਰਹਿੰਦੇ ਅਰਦਾਸੇ ਪੂਰੇ ਹੁੰਦੇ ਐ ਜੋ ਕਿਸੇ ਦਾ ਕਿਤੇ ਵੀ ਕਾਰਜ ਨਾ ਹੁੰਦਾ ਉੱਥੇ ਜਾ ਕੇ ਅਰਦਾਸ ਕਰਦੀਆਂ ਸੰਗਤਾਂ ਬਾਬਾ ਗੁਰਦੇਤਾ ਜੋ ਵਰ ਮੰਗਿਆ ਸੋ ਵਰ ਦਿੱਤਾ ਸਭ ਦੀ ਝੋਲੀ ਭਰ ਦਿੰਦੇ ਆ ਹਾਜ਼ਰ ਨਾਜ਼ਰ ਮਹਾਂਪੁਰਸ਼ ਬੈਠੇ ਆ ਸੋ ਸਾਧ ਸੰਗਤ ਜੀ ਉਥੋਂ ਗੁਰਦੁਆਰਾ ਸੀਸ ਮਹਿਲ ਤੋਂ ਚਾਲਾ ਪਾ ਦਿੱਤਾ ਹੈ ਤੇ ਸੰਗਤਾਂ ਰਸਤੇ 'ਚ ਖੜ ਖੜ ਦਮਸ਼ਕਾਰਾਂ ਕਰਦੀਆਂ ਨੇ ਕਿਸ ਕੀ ਦੇਸ਼ ਨ ਬਲੋਚਨ ਲਾਏ ਪਰ ਬਾਬਾ ਜੀ ਕਿਸੇ ਵੱਲ ਦੇਖਦੇ ਨਹੀਂ ਜਾਹ ਏਕ ਰਸ ਸਹਿਜ ਸਭਾਏ ਇਕ ਰਸ ਸਹਿਜ ਸਭਾ ਤੁਰੇ ਜਾਂਦੇ ਨਾ ਚਿਹਰੇ ਤੇ ਖੁਸ਼ੀ ਹੈ ਨਾ ਗਮੀ ਹੈ ਇੱਕ ਤਾਂ ਹੁੰਦਾ ਵੀ ਖੁਸ਼ੀ ਹੋਣੀ ਦੂਜਾ ਹੁੰਦਾ ਮਨ ਉਦਾਸ ਹੋਣਾ ਨਾ ਉਦਾਸ ਹੈ ਨਾ ਪ੍ਰਸਾਨ ਹੈ ਇਕ ਆਨੰਦ ਜਿਹਾ ਹੈ ਬਸ ਜੋਤ ਨਾਲ ਜੋਤ ਹੋਣ ਲੱਗੇ ਆ ਤੁਰੇ ਜਾਂਦੇ ਹਨ ਦੇਖ ਦੇਖ ਬਿਸਮੈ ਸਭ ਕੋਈ ਸਾਰੀਆਂ ਸੰਗਤਾਂ ਹਰਾਨ ਨੇ ਵੀ ਅੱਗੇ ਤਾਂ ਬੜੇ ਪ੍ਰੇਮ ਨਾਲ ਸਾਡੇ ਹਾਲ ਦੇਖਦੇ ਸੀ ਸਾਰਿਆਂ ਨੂੰ ਮਿਲਦੇ ਸੀ ਸਾਰਿਆਂ ਦਾ ਹਾਲ ਚਾਲ ਪੁੱਛਦੇ ਸੀ ਹਾਏ ਬਾਬਾ ਜੀ ਚੁੱਪਚਾਪ ਤੁਰੇ ਜਾਂਦੇ ਹਨ ਪ੍ਰਤ ਉਦਾਸ ਸਭ ਹਨਤੇ ਹੋਈ ਸਭ ਦੁਨੀਆ ਤੋਂ ਸੰਸਾਰ ਤੋਂ ਬਿਰਤੀ ਉਪਰਾਮ ਕਰ ਲਈ ਹੈ ਕੀਰਤ ਪਰਤੇ ਵਹਿਰ ਪਿਆਨੇ ਸ੍ਰੀ ਕੀਰਤਪੁਰ ਸਾਹਿਬ ਨਗਰ ਤੋਂ ਬਾਹਰ ਨਿਕਲੇ ਨੇ ਅਨਪਸੈਲ ਪਰ ਚੜਬੋਠਾ ਨੇ ਛੋਟਾ ਜਿਹਾ ਪਹਾੜ ਹੈ ਉਸ ਪਹਾੜ ਦੀ ਚੜਾਈ ਤੇ ਚੜੇ ਨੇ ਜਾਏ ਇਕਾਕੀ ਦਾਸ ਨਸੰਗ ਕੋਈ ਸੇਵਾਦਾਰ ਨਾਲ ਨਹੀਂ ਲਿਆ ਕੋਈ ਸੇਵਾਦਾਰ ਨਾਲ ਆਉਣ ਨਹੀਂ ਦਿੱਤਾ ੱੱਲੇ ਹੀ ਪਹਾੜ ਦੀ ਚੋਟੀ ਤੇ ਜਾ ਪਹੁੰਚੇ ਨੇ ਜਿੱਥੇ ਪਹਿਲਾਂ ਪੀਰ ਬੁੱਢਣ ਸਾਹਿਬ ਜੀ ਰਹਿੰਦੇ ਸਨ ਇੱਥੇ ਪਹਿਲਾਂ ਪੀਰ ਬੁੱਢਣ ਸਾਹਿਬ ਇੱਥੇ ਰਹਿੰਦੇ ਸਨ ਜਦੋਂ ਬਾਬਾ ਗੁਰਦਿੱਤਾ ਜੀ ਨਾਲ ਪ੍ਰੇਮ ਹੋ ਗਿਆ ਉਹਨਾਂ ਨੇ ਕਹਿਤਾ ਬਾਬਾ ਜੀ ਇੱਥੇ ਤੁਸੀਂ ਰਹਿਣਾ ਮੈਂ ਅੱਗੇ ਜਾ ਰਵਾਂਗਾ ਉਹਨਾਂ ਦਾ ਆਸਣ ਥੋੜਾ ਜਿਹਾ ਅੱਗੇ ਲੱਗ ਗਿਆ ਉੱਥੇ ਮਹਾਰਾਜ ਛੇਵੇਂ ਪਾਤਸ਼ਾਹ ਨੇ ਆਪਣੇ ਹੱਥੀ ਉਹਨਾਂ ਨੂੰ ਕਬਰ 'ਚ ਦਫਨਾਇਆ ਉਹਨਾਂ ਦੀ ਯਾਦਗਾਰ ਉੱਥੇ ਬਣੀ ਹੋਈ ਹੈ ਪਰ ਜਿੱਥੇ ਬਾਬਾ ਬੁੱਢਣ ਸਾਹਿਬ ਜੀ ਪਹਿਲਾਂ ਰਹਿੰਦੇ ਸੀ ਪਹਾੜ ਤੇ ਉੱਥੇ ਬਾਬਾ ਗੁਰਦਿੱਤਾ ਜੀ ਨੂੰ ਥਾਂ ਦੇ ਦਿੱਤੀ ਸਨੇ ਸਨੇ ਚੜ ਚੜੇ ਤੁਰੰਗ ਬਾਬਾ ਜੀ ਉੱਥੇ ਘੋੜੇ ਤੇ ਚੜ ਕੇ ਆਪਣੇ ਪਹਾੜ ਤੇ ਆਪਣੇ ਸਥਾਨ ਤੇ ਜਿਹੜਾ ਉਹਨਾਂ ਦਾ ਅਖੀਰਲਾ ਸਥਾਨ ਬਣਨਾ ਸੀ ਉੱਥੇ ਪਹੁੰਚ ਗਏ ਨੇ ਬੁੱਢਣ ਸਾਹੋ ਸਥਾਨ ਨਿਹਾਰਾ ਬਾਬੇ ਬੁੱਢਣ ਸਾਹਿਬ ਦਾ ਸਥਾਨ ਹੈ ਉਹ ਤੇ ਸਤੇ ਕੋਚੇ ਕ ਅੰਤਰ ਤਾਰਾ ਤੇ ਉਹਦੇ ਤੋਂ ਥੋੜਾ ਜਿਹਾ ਉਰਾਂ ਖੁੱਲੀ ਥਾਂ ਤੇ ਛਰੀ ਤਰਾ ਪਰ ਤਰੀ ਗਡਾਈ ਆਪਣੇ ਹੱਥ ਦੀ ਉਹ ਛੜੀ ਇਦਾਂ ਗੱਡ ਦਿਤੀ ਅਵ ਲੋਕਤ ਪੇ ਸੁੰਦਰ ਥਾਈ ਬੜੀ ਸਾਫ ਸੁਥਰੀ ਸਾਰੇ ਕੀਰਤਪੁਰ ਸਾਹਿਬ ਚ ਉੱਚੀ ਥਾਂ ਹੈ ਔਰ ਕਟੰਬ ਕੋ ਰਾਗ ਨਠਾਨਾ ਆਪਣੇ ਬੱਚਿਆਂ ਦਾ ਆਪਣੀ ਪਤਨੀ ਦਾ ਆਪਣੇ ਪਰਿਵਾਰ ਦਾ ਕੋਈ ਮੋਹ ਨਹੀਂ ਕੀਤਾ ਨੌਕਾ ਮੇਲ ਸਕਲ ਜਗ ਜਾਨਾ ਇਹ ਤਾਂ ਸਭ ਨਦੀ ਨਾਮ ਸੰਜੋਗੀ ਮੇਲੇ ਆ ਇਹ ਤਾਂ ਇਦਾਂ ਜਿਵੇਂ ਕੋਈ ਬੇੜੀ ਚ ਪਾਰ ਲੰਘਦਾ 100 200 ਬੰਦੇ ਇਕੱਠੇ ਹੀ ਮਲਾ ਬਿਠਾ ਲੈਂਦਾ ਪਰਲੇ ਪਾਸੇ ਜਾ ਕੇ ਉਤਾਰ ਦਿੰਦਾ ਕੋ ਇਧਰ ਤੁਰ ਜਾਂਦਾ ਕੋ ਇਧਰ ਤੁਰ ਜਾਂਦਾ ਇਹ ਦਾ ਸੰਸਾਰ ਦੇ ਇਦਾਂ ਰਿਸ਼ਤੇਦਾਰ ਸਾਖ ਸਬੰਧੀ ਮਿਲੇ ਸੀ ਅੱਜ ਵਿਛੜ ਚਲੇ ਆਹ ਜੀ ਹੱਥ ਸਪੁੱਤਰ ਜੋ ਹੈ ਹਰ ਰਾਏ ਛੋਟੇ ਸਹਿਬਜਾਦੇ ਸ੍ਰੀ ਹਰ ਰਾਏ ਜੀ ਵੱਡੇ ਤਾਂ ਬਾਬਾ ਧੀਰਮਲ ਜੀ ਸਨ ਉਹਦਾ ਉਥੇ ਕੀਰਤ ਪ੍ਰਸਾਦ ਕਰਤਾਰਪੁਰ ਸਾਹਿਬ ਹੀ ਰਹਿ ਗਏ ਆਏ ਨਹੀਂ ਮਹਾਰਾਜੇਵੇਂ ਪਾਤਸ਼ਾਹ ਦੇ ਨਾਲ ਛੋਟੇ ਜਿਹੜੇ ਸਨ ਬਾਬਾ ਗੁਰਦੇਤਾ ਜੀ ਦੇ ਪੁੱਤ ਲੋਸਨ ਸਤਗੁਰੂ ਸਤਵੇਂ ਪਾਤਸ਼ਾਹ ਮਹਾਰਾਜ ਸ੍ਰੀ ਗੁਰੂ ਹਰਾਈ ਸਾਹਿਬ ਜੀ ਮਿਲਣ ਹੇਤ ਨਹ ਕਛ ਮਨ ਲਿਆਏ ਉਹਨਾਂ ਨੂੰ ਮਿਲਣ ਦੇ ਬਾਰੇ ਵੀ ਮਨ 'ਚ ਨਹੀਂ ਖਿਆਲ ਆਇਆ ਛੋਟੇ ਪੁੱਤਰ ਨੂੰ ਮਿਲ ਲਈਏ ਛੋਟੇ ਪੁੱਤਰ ਨੂੰ ਪਿਆਰ ਦੇ ਲਈਏ ਉਹਨਾਂ ਨੂੰ ਇਹ ਵੀ ਨਹੀਂ ਖਿਆਲ ਮਨ 'ਚ ਰੱਖਿਆ ਸਤਸਮ ਅਪਰ ਪ੍ਰੇਮ ਕਿਸਮਾਹ ਆਹਾ ਕਵੀ ਜੀ ਲਿਖਦੇ ਐ ਕਹਿੰਦੇ ਪੁੱਤਰ ਵਰਗਾ ਪਿਆਰ ਕਿੱਦੇ 'ਚ ਹੁੰਦਾ ਮਾਂ ਬਾਪ ਆਪਣੇ ਪੁੱਤਰ ਨੂੰ ਜੋ ਪਿਆਰ ਕਰਦੇ ਐ ਉਹ ਹੋਰ ਕਿਸੇ ਨਾਲ ਨਹੀਂ ਕਰ ਸਕਦੇ ਔਰ ਕਿਸੇ ਨਾ ਹੁੰਦਾ ਹੀ ਨਹੀਂ ਉਹਨਾਂ ਪਿਆਰ ਜਿੰਨਾ ਤੀ ਪੁੱਤ ਨਾਲ ਹੁੰਦਾ ਹਾਂਜੀ ਜਿਸ ਕੋ ਸਿਮਰ ਮਿਲ ਹੈ ਕਰ ਪਾਹੂ ਆਹ ਕਹਿੰਦੇ ਜਿਹੜਾ ਵੀ ਕੋਈ ਮਾਂ ਬਾਪ ਹੈ ਆਪਣੇ ਬੱਚੇ ਨੂੰ ਮਿਲਦਾ ਹੈ ਗਲਵੱਕੜੀ ਪਾਉਂਦਾ ਮੱਥਾ ਚੁੰਮਦਾ ਗੋਦੀ 'ਚ ਖੜਾਉਂਦਾ ਹੈ ਹਰ ਮਾਂ ਬਾਪ ਦੀ ਇਹ ਚਾਹਨਾ ਹੁੰਦੀ ਹੈ ਆ ਸਤਿਰਨ ਕੋ ਆਪਣੇ ਹੱਥ ਕਹਿੰਦੇ ਉਸ ਪੁੱਤਰ ਨੂੰ ਵੀ ਨਹੀਂ ਮਿਲੇ ਬਾਬਾ ਮਹਾਰਾਜ ਗੁਰੂ ਹਰਾਈ ਸਾਹਿਬ ਜੀ ਨੂੰ ਵੀ ਬਾਬਾ ਗੁਰਦਤਾ ਜੀ ਨਹੀਂ ਮਿਲੇ ਤੇ ਬਸ ਆਪਣੇ ਹੱਥੀਂ ਸੁੰਦਰ ਕਰਯੋ ਕੋ ਸ਼ਾ ਕੇ ਸਾਥ ਉਥੇ ਘਾਜਿਆ ਦਬਜਿਆ ਸੀ ਕੁਸ਼ਾ ਵਿਛਾ ਲਈ ਤੇ ਉਹਦਾ ਕੁਸ਼ਾ ਦਾ ਆਸਨ ਵਿਛਾ ਕੇ ਉੱਤੇ ਲੇਟ ਗਏ ਤਬ ਤਨ ਪਰਿਤੇ ਬਸਤਰ ਉਤਾਰਾ ਆਪਣੇ ਉੱਪਰੋਂ ਕੱਪੜਾ ਉਤਾਰ ਕੇ ਕਰ ਦੋਹਰ ਸਿਰ ਜਾ ਤਰੰਟਾਰਾ ਤੇ ਉਹਨੂੰ ਕਹਿੰਦੇ ਸਿਰ ਥੱਲੇ ਦੇ ਲਿਆ ਇੱਕ ਬ੍ਰਿਤ ਸੰਕੋਚ ਬੈਠ ਤਬ ਗਏ ਕਹਿੰਦੇ ਬਿਰਤੀ ਸੰਕੋਚ ਕੇ ਚੌਂਕੜਾ ਲਾ ਕੇ ਬੈਠ ਗਏ ਨਿਜ ਸਰੂਪ ਮਹਿ ਥਿਰਤਾ ਲਏ ਆਪਣੇ ਆਤਮ ਸਰੂਪ ਦੇ ਵਿੱਚ ਬਿਰਤੀਆਂ ਟਿਕਾ ਲਈ ਬਾਹਰ ਮੁਖੀ ਸੰਸਾਰ ਵੱਲੋਂ ਇਹ ਦੁਨੀਆ ਵੱਲੋਂ ਕਿੱਦੜਾ ਕੋਈ ਖਿਆਲ ਫੁਰਨਾ ਉੱਠਣੇ ਨਹੀਂ ਦਿੰਦਾ ਸਾਰਾ ਧਿਆਨ ਇਕਾਗਰ ਕਰਕੇ ਜਿਵੇਂ ਕਛੂਕਮਾ ਆਪਣੇ ਹੱਥ ਪੈਰ ਅੰਦਰ ਨਹੀਂ ਕਰ ਲੈਂਦਾ ਭਾਵੇਂ ਉਹਨੂੰ ਟੁਕੜੇ ਕਰ ਦੇ ਫਿਰ ਬਾਹਰ ਨਹੀਂ ਕੱਢਦਾ ਕਦੀ ਤੁਸੀਂ ਦੇਖਿਆ ਹੋਣਾ ਕਛੂਆ ਜਦੋਂ ਆਪਣੀ ਮੁੰਡੀ ਆਪਣੇ ਦੋਵੇਂ ਪੈਰ ਅੰਦਰ ਕਰ ਲੈਂਦਾ ਨਾ ਫਿਰ ਜ਼ੋਰ ਲਾ ਲੋ ਗੰਡਾਸੀਆਂ ਮਾਰੀ ਜੋ ਉਤੋਂ ਫਿਰ ਵੱਢ ਭਾਵੇਂ ਦੇਓ ਬਾਹਰ ਨਹੀਂ ਕੱਢਦਾ ਇਦਾਂ ਜਦੋਂ ਬ੍ਰਹਮ ਗਿਆਨੀ ਆਪਣੀ ਬਿਰਤੀ ਸੰਸਾਰ ਵੱਲੋਂ ਹਟਾ ਕੇ ਅੰਦਰ ਕਰ ਲੈਂਦਾ ਹੈ ਨਿਰੰਕਾਰ ਵਿੱਚ ਉਦੋਂ ਅਵਸਥਾ ਬਣਦੀ ਤੋਹੀ 모ਹੀ 모ਹੀ ਤੋਹੀ ਅੰਤਰ ਕੈਸਾ ਬੂੰਦ ਸਾਗਰ ਚ ਮੇੜ ਗਈ ਉਹ ਕਾਲਪੁਰਖ ਬ੍ਰਹਮ ਦੇ ਨਾਲ ਆਤਮਾ ਇੱਕਮਿਕ ਹੋ ਗਈ ਉਸ ਵੇਲੇ ਫਿਰ ਉਹ ਉਹਨੂੰ ਸੰਸਾਰ ਦਾ ਕੋਈ ਫੁਰਨਾ ਉਠ ਹੀ ਨਹੀਂ ਸਕਦਾ ਉਹਦਾ ਅਵਸਥਾ ਮਹਾਰਾ ਜੀ ਲਿਖੀ ਹੈ ਜਦ ਅਕਾਰ ਇਹੋ ਕਸ਼ਨਾ ਦ੍ਰਿਸ਼ਟੇਤਾ ਜਦੋਂ ਇਹ ਆਕਾਰ ਇਹ ਪਸਾਰਾ ਦਿਸਦਾ ਨਹੀਂ ਹਟ ਜਾਂਦਾ ਦਿਸਣੋ ਬਾਬਾ ਗੁਰਦੇਤਾ ਜੀ ਉਸ ਧਿਆਨ ਵਿੱਚ ਮगन ਹੋ ਗਏ ਮੂੰਹ ਤੇ ਬਲੋਚਨ ਪਾਉ ਡੇ ਫੇਰ ਤੇ ਫਿਰ ਆਪ ਜੀ ਅੱਖਾਂ ਬੰਦ ਕਰਕੇ ਲੰਮੇ ਪੈ ਗਏ ਦੁਤੀ ਵਸਤਰ ਲੈ ਮੁਖ ਪਰ ਘੇਰ ਤੇ ਦੂਜਾ ਕਪੜਾ ਮੂੰਹ ਤੇ ਘੇਰ ਲਿਆ ਚਾਦਰਾਂ ਲੈ ਲਿਆ ਜੋਗ ਸ਼ਕਤ ਕਰ ਖੈਂਚੇ ਪ੍ਰਾਨ ਪਰ ਜੋਗਾ ਸ਼ਕਤੀ ਨਾਲ ਜਿਹੜੀ ਬ੍ਰਤੀ ਨੂੰ ਨਿਰੋਧ ਕਰਨ ਦੀ ਢੰਗ ਜੁਗਤੀ ਹੁੰਦੀ ਹੈ ਉਹਦੇ ਨਾਲ ਆਪਣੇ ਪ੍ਰਾਣ ਖਿੱਚ ਲੈ ਸਬ ਤਨ ਤੇ ਸਬ ਤਾਨੀ ਠਾਨ ਸਰੀਰ ਦੇ ਵਿੱਚ ਸਾਹ ਸੰਗਤ ਜੀ ਪੰਜ ਮੁਖ ਤੇ ਪੰਜ ਉਪ 10 ਪ੍ਰਾਣ ਹੁੰਦੇ ਆ ਉਹ 10 ਪ੍ਰਾਣ ਇੱਕ ਥਾਂ ਤੇ ਇਕੱਠੇ ਕਰਨੇ ਪੈਂਦੇ ਹੈ ਕਹਿਣਾ ਸੌਖਾ ਹੈ ਗੱਲਾਂ ਸਾਡੇ ਵਰਗਿਆਂ ਨੇ ਤੱਕ ਸੁਣੀਆਂ ਹੀ ਸੁਣਾਈਆਂ ਹੀ ਆ ਪਰ ਮਹਾਪੁਰਸ਼ਾਂ ਨੇ ਰੋਜ਼ ਦਾ ਜਿਹਨਾਂ ਦਾ ਅਨੁਭਵ ਹੁੰਦਾ ਉਹ ਦੱਸਦੇ ਆ ਕਹਿੰਦੇ ਉਹ ਸਾਰੇ ਪ੍ਰਾਣ ਇੱਕ ਜਗ੍ਹਾ ਤੇ ਜਿਵੇਂ ਪ੍ਰਾਣ ਅਪਾਨ ਵਿਆਨ ਸਮਾਨ ਉਦਾਨ ਇਹ ਪੰਜ ਪ੍ਰਾਣ ਇਹਨਾਂ ਨੂੰ ਇੱਕ ਥਾਂ ਤੇ ਇਕੱਠੇ ਕਰ ਲਿਆ ਤਾਤ ਕਾਲ ਤਨ ਸ਼ੋਰ ਸਧਾਰੇ ਤੇ ਦਸਮ ਦੁਆਰ ਥਾਣੀ ਇਦਾਂ ਉਡਾਰੀ ਮਾਰੀ ਆਪਣਾ ਚੋਲਾ ਇੱਕ ਦਮ ਛੱਡ ਦਿੱਤਾ ਜਿਮ ਪੰਨਗ ਕੰਚਰੀ ਨਿਜ ਡਾਰੇ ਜਿਵੇਂ ਸੱਪ ਸਾਲ ਪਿਛੋਂ ਆਪਣੀ ਕੁੰਜ ਛੱਡ ਕੇ ਅੱਗੇ ਨੂੰ ਸਰਕ ਜਾਂਦਾ ਗਏ ਸਖੈਨ ਤ ਜੀ ਤਬ ਕਾਇਆ ਇਦਾਂ ਬਾਬਾ ਜੀ ਅੱਗੇ ਨੂੰ ਸਰ ਅੱਗੇ ਭਾਵ ਸਤਖੰਡ ਪਜਾਜ ਗਏ ਤੇ ਇਹ ਚੋਲਾ ਤਿਆਗ ਗਏ ਹਰਖ ਸੋਗ ਨਹ ਭਇਓ ਕਦਾਇਆ ਜਿਨ੍ਹਾਂ ਨੂੰ ਕਦੀ ਹਰਖ ਸੋਖ ਖੁਸ਼ੀ ਗਮੀ ਨਹੀਂ ਹੋਈ ਸੀ ਨਹੀਂ ਬਸ ਮਹਤਨ ਤਰਨਾਈ ਜਵਾਨੀ ਦੀ ਪਰ ਜਵਾਨੀ ਦੀ ਉਮਰ ਸੀ ਅਜੇ 25 ਸਾਲ ਦੇ ਸਨ ਜਮ ਜੋਗੀ ਮਾਇਆ ਤਜ ਚਾਈ ਤੇ ਬਹੁਤ ਸੋਹਣਾ ਰੂਪ ਰੰਗ ਸੀਗਾ ਬਾਬਾ ਸੁੰਦ ਗੁਰਦਿੱਤਾ ਜੀ ਬਹੁਤ ਹੀ ਸੁੰਦਰ ਜਿਵੇਂ ਜੋਗੀ ਮਾਇਆ ਨੂੰ ਛੱਡ ਕੇ ਚਲੇ ਜਾਂਦੇ ਹਨ ਇਦਾਂ ਬਾਬਾ ਗੁਰਦਿੱਤਾ ਜੀ ਮਹਾਨ ਜੋਗੀ ਸਨ ਇਸ ਸੰਸਾਰ ਦੀ ਸਾਰੀ ਮਾਇਆ ਤੇ ਆਪਣੇ ਸਰੀਰ ਨੂੰ ਛੱਡ ਕੇ ਆਪਣੇ ਧਾਮ ਜਾ ਬਿਰਾਜੇ ਹਨ ਮਹਾਰਾਜ ਛੇਵੇਂ ਪਾਤਸ਼ਾਹ ਨੂੰ ਇਸ ਗੱਲ ਦਾ ਪਤਾ ਲੱਗੇਗਾ ਮਹਾਰਾਜ ਸੱਚੇ ਪਾਤਸ਼ਾਹ ਜੀ ਜਾ ਕੇ ਆਪਣੇ ਹੱਥੀਂ ਆਪਣੇ ਪੁੱਤਰ ਦਾ ਸੰਸਕਾਰ ਕਰਨਗੇ ਉਹ ਕਥਾ ਸਾਧ ਸੰਗਤ ਜੀ ਬੜੀ ਬੈਰਾਗ ਤੇ ਕਰੁਣਾ ਵਾਲੀ ਹੈ ਕੱਲ ਨੂੰ ਆਪ ਜੀ ਸਰਵਣ ਕਰੋਗੇ ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ ਗੋਬਿੰਦ ਹੈ ਗੋਪਾ